ਵਿੱਚੋਂ ਪਿੰਡ ਸੁਣੀ ਦਾ ਜਮਾਲਪੁਰ ਅਤੇ ਉੱਥੋਂ ਦੀ ਇੱਕ ਕੁੜੀ ਸੁਣੀ ਦੀ ਜਿਸ ਦਾ ਨਾਮ ਰੂਪਦਵਿੰਦਰ ਅਤੇ ਮੈਂ ਹਾਂ ਤੁਹਾਡੀ ਹੋਸਟ ਇਸ ਪ੍ਰੋਗਰਾਮ ਦੀ ਜੋ ਕਿ ਪਹੁੰਚੀ ਹੋਈ ਹਾਂ ਆਪਣੇ ਪਿੰਡ ਜਮਾਲਪੁਰ ਅਤੇ ਮੈਂ ਚਾਹੁੰਦੀ ਹਾਂ ਕਿ ਇਸ ਪਿੰਡ ਦੇ ਦਰਸ਼ਨ ਤੁਸੀਂ ਵੀ ਕਰੋ ਕਿਉਂਕਿ ਜਦੋਂ ਅਸੀਂ ਆਪਣੇ ਘਰ ਹੁੰਦੇ ਹਾਂ ਯਾਨੀ ਵਲੈਤ ਦੇ ਵਿੱਚ ਅਸੀਂ ਪਹੁੰਚ ਗਏ ਹਾਂ ਪੰਜਾਬੀ ਲੋਕ ਅਤੇ ਉਹਨਾਂ ਦੇਸ਼ਾਂ ਦੇ ਵਿੱਚ ਬੈਠੇ ਅਸੀਂ ਆਪਣੇ ਪੰਜਾਬ ਨੂੰ ਆਪਣੇ ਘਰ ਨੂੰ ਆਪਣੇ ਪਿੰਡ ਨੂੰ ਬਹੁਤ ਜ਼ਿਆਦਾ ਯਾਦ ਕਰਦੇ ਹਾਂ। ਕੰਮ ਤੋਂ ਥੱਕ ਕੇ ਜਦੋਂ ਅਸੀਂ ਘਰ ਪਹੁੰਚਦੇ ਹਾਂ ਅਤੇ ਅਸੀਂ ਸੋਚਾਂ ਦੇ ਪੰਘੂੜੇ ਵਿੱਚ ਬੈਠ ਕੇ ਹਮੇਸ਼ਾ ਹੀ ਆਪਣੇ ਪਿੰਡ ਵਿੱਚ ਪਹੁੰਚ ਜਾਈਦਾ ਹੈ, ਉਹਨਾਂ ਗਲੀਆਂ 'ਚ ਪਹੁੰਚ ਜਾਈਦਾ ਹੈ ਜਿਨ੍ਹਾਂ ਗਲੀਆਂ ਦੇ ਵਿੱਚ ਖੇਡ ਖੇਡ ਕੇ ਅਸੀਂ ਵੱਡੇ ਹੋਏ, ਉਹਨਾਂ ਵਿਹੜਿਆਂ ਦੇ ਵਿੱਚ ਪਹੁੰਚ ਜਾਈਦਾ ਹੈ ਜਿਨ੍ਹਾਂ ਦੇ ਵਿੱਚ ਤੂਤ ਦੇ ਦਰਖਤ ਸਨ, ਕਿਸੇ ਥਾਂ 'ਤੇ ਬੇਰੀਆਂ ਦੇ ਦਰਖਤ ਸਨ, ਕਿਤੇ ਪਿੱਪਲ ਲੱਗੇ ਹੋਏ ਸਨ, ਅਸੀਂ ਉਹਨਾਂ ਵਿਹੜਿਆਂ 'ਚ ਪਹੁੰਚ ਜਾਂਦੇ ਹਾਂ। ਉੱਥੇ ਬੈਠੇ ਅਸੀਂ ਇਹਨਾਂ ਚੀਜ਼ਾਂ ਨੂੰ ਤਰਸਦੇ ਹਾਂ। ਜਦੋਂ ਵੀ ਸਾਨੂੰ ਕੰਮ ਕਾਰ ਤੋਂ ਵਿਹਲ ਮਿਲਦਾ ਹੈ, ਜਦੋਂ ਵੀ ਸਾਨੂੰ ਛੁੱਟੀ ਮਿਲਦੀ ਹੈ, ਅਸੀਂ ਉੱਥੋਂ ਜਹਾਜ਼ 'ਤੇ ਬਹਿੰਦੇ ਹਾਂ ਅਤੇ ਆਪਣੇ ਘਰ ਆਉਂਦੇ ਹਾਂ। ਇੱਥੇ ਪਿੰਡ ਦੀ ਜਿਹੜੀ ਨੁਹਾਰ ਹੁੰਦੀ ਹੈ, ਭਾਵੇਂ ਉਹ ਮੇਰਾ ਪਿੰਡ ਹੋਵੇ ਭਾਵੇਂ ਉਹ ਤੁਹਾਡਾ ਪਿੰਡ ਹੋਵੇ, ਪਿੰਡ ਤਾਂ ਪਿੰਡ ਹੈ, ਪੰਜਾਬ ਤਾਂ ਪੰਜਾਬ ਹੈ, ਮੇਰੇ ਘਰ ਦੀ ਮਹਿਕ ਵੀ ਤੁਹਾਡੇ ਘਰ ਦੇ ਮਹਿਕ ਵਰਗੀ ਹੋਵੇਗੀ। ਆਹ ਜਿਹੜਾ ਨਜ਼ਾਰਾ ਮੈਂ ਦੇਖ ਰਹੀ ਹਾਂ, ਮੈਂ ਚਾਹੁੰਦੀ ਹਾਂ ਕਿ ਤੁਸੀਂ ਵੀ ਵੇਖੋ। ਆਹ ਵੇਖੋ ਜੀ ਬੰਬੀ, ਤੁਹਾਨੂੰ ਉਹ ਦਿਨ ਯਾਦ ਨੇ ਜਦੋਂ ਨੰਗੇ ਤੜੰਗੇ ਬੱਚੇ ਜਿਹੜੇ ਸਨ ਅਸੀਂ ਇਹਨਾਂ ਬੰਬੀਆਂ ਦੇ ਪਾਣੀ ਦੇ ਅੰਦਰ ਨਹਾਉਂਦੇ ਹੁੰਦੇ ਸਾਂ, ਸ਼ਰਾਰਤਾਂ ਕਰਦੇ ਹੁੰਦੇ ਸਾਂ, ਗਰਮੀ ਦੇ ਦਿਨ ਹੋਣੇ, ਕਣਕਾਂ ਪਿੱਛੇ ਪੱਕੀਆਂ ਹੋਣੀਆਂ, ਕਿਤੇ ਹਰਿਆਲੀ ਕਿਤੇ ਸੁਨਹਿਰੀ ਜਿਹੜੀਆਂ ਫਸਲਾਂ ਨੇ ਉਹ ਲਹਿਰਾਉਂਦੀਆਂ ਹੋਣੀਆਂ, ਅਤੇ ਅਸੀਂ ਉਹ ਜਿਹੜੇ ਦਿਨ ਨੇ ਕਿਸ ਤਰ੍ਹਾਂ ਭੁੱਲ ਸਕਦੇ ਹਾਂ। ਜੇ ਤੁਸੀਂ ਮੇਰੇ ਪਿੱਛੇ ਝਾਤੀ ਮਾਰੋ ਤੁਹਾਨੂੰ ਸ਼ਾਇਦ ਸਾਰੇ ਹੀ ਦਰਖਤ ਮਿਲ ਜਾਣਗੇ। ਬਾਗ ਲੱਗਾ ਹੋਇਆ ਜੀ ਸਾਡੇ ਪਿੱਛੇ, ਜੇ ਮੈਂ ਦਿਖਾਵਾਂ ਤੁਹਾਨੂੰ, ਅਤੇ ਆਹ ਨਿੰਬੂਆਂ ਦਾ ਬੂਟਾ ਵੀ ਲੱਗਾ ਹੋਇਆ, ਅਮਰੂਦ ਵੀ ਲੱਗੇ ਹੋਏ ਨੇ ਇੱਥੇ, ਅੰਬ ਵੀ ਲੱਗਾ ਹੋਇਆ, ਅਤੇ ਮੇਰੇ ਖਿਆਲ 'ਚ ਅਨਾਰਾਂ ਦਾ ਵੀ ਇੱਥੇ ਬੂਟਾ ਲੱਗਾ ਹੋਇਆ। ਅਤੇ ਇੱਕ ਚੀਜ਼ ਮੈਂ ਤੁਹਾਨੂੰ ਹੋਰ ਵਿਖਾਉਣਾ ਚਾਹੁੰਦੀ ਹਾਂ, ਜੇ ਤੁਸੀਂ ਮੇਰੇ ਨਾਲ ਇਸ ਪਾਸੇ ਆਵੋ, ਸਾਨੂੰ ਇੱਥੇ ਸਾਰੀਆਂ ਹੀ ਚੀਜ਼ਾਂ ਮਿਲ ਰਹੀਆਂ ਨੇ। ਉਹ ਪਿੰਡ ਜਿਹੜੇ ਪਿੰਡ ਕਿ ਅੱਜ ਕੱਲ੍ਹ ਅਲੋਪ ਹੋ ਰਹੇ ਨੇ, ਤੁਹਾਨੂੰ ਪਤਾ ਹੈ ਕਿ ਪੰਜਾਬ ਬੜੀ ਤਰੱਕੀ ਕਰ ਰਿਹਾ, ਇੱਥੇ ਉਹ ਚੀਜ਼ਾਂ ਸਾਰੀਆਂ ਅਲੋਪ ਹੋ ਰਹੀਆਂ ਨੇ, ਚਰਖੇ ਅਲੋਪ ਹੋ ਰਹੇ ਨੇ, ਚਾਟੀਆਂ ਮਧਾਣੀਆਂ, ਇਹਨਾਂ ਦੀ ਜਗ੍ਹਾ ਜਿਹੜੀ ਹੈ ਮਾਡਰਨ ਚੀਜ਼ਾਂ ਨੇ ਲੈ ਲਈ ਹੈ। ਅਤੇ ਆਓ ਮੈਂ ਤੁਹਾਨੂੰ ਇੱਧਰ ਦਿਖਾਉਂਦੀ ਹਾਂ, ਜੇ ਤੁਸੀਂ ਮੇਰੇ ਨਾਲ ਆਓ। ਆਹ ਗੱਡੇ ਨੂੰ ਤੁਸੀਂ ਪਹਿਚਾਣਦੇ ਹੋ? ਇਹ ਜੀ ਗੱਡਾ ਉਹ ਹੀ ਹੈ ਜਿਹਦੇ ਉੱਪਰ ਪੱਠੇ ਰੱਖ ਕੇ ਲਿਆਉਂਦੇ ਹੁੰਦੇ ਸੀ ਅਸੀਂ। ਅੱਜ ਕੱਲ੍ਹ ਇਹਨਾਂ ਗੱਡਿਆਂ ਦੀ ਜਗ੍ਹਾ ਜ਼ਰੂਰ ਟਰੈਕਟਰ ਟਰਾਲੀਆਂ ਨੇ ਲੈ ਰਹੀ ਹੈ, ਪਰ ਇਹ ਗੱਡੇ ਜਿਹੜੇ ਨੇ ਇਹ ਅੱਜ ਵੀ ਇਸ ਪਿੰਡ ਦੇ ਵਿੱਚ ਮੌਜੂਦ ਨੇ। ਤੁਹਾਡੇ ਪਿੰਡ ਦੇ ਵਿੱਚ ਵੀ ਇਹ ਗੱਡੇ ਮੌਜੂਦ ਹੁੰਦੇ ਹੋਣਗੇ। ਪਿੱਛੇ ਜਿਹੜੇ ਪੱਠੇ ਹੁੰਦੇ ਸਨ ਉਹਨਾਂ ਦੇ ਵਿੱਚੋਂ ਛੱਲੀਆਂ ਅਸੀਂ ਖਿੱਚ ਖਿੱਚ ਕੇ ਅਤੇ ਘਰ ਲੈ ਜਾਂਦੇ ਹੁੰਦੇ ਸੀ, ਇਹ ਉਹ ਹੀ ਗੱਡੇ ਨੇ। ਜੋ ਸਵਾਦ ਸਾਨੂੰ ਮਰਸੇਡੀਜ਼ ਵਿੱਚ ਬਹਿ ਕੇ ਨਹੀਂ ਆ ਸਕਦਾ, ਉਹ ਸਵਾਦ ਸਾਨੂੰ ਗੱਡਿਆਂ ਦੇ ਉੱਪਰ ਬੈਠ ਕੇ ਆਉਂਦਾ ਹੁੰਦਾ ਸੀ। ਭਾਵੇਂ ਅਸੀਂ ਵੱਡੀਆਂ ਵੱਡੀਆਂ ਗੱਡੀਆਂ ਦੇ ਵਿੱਚ ਘੁੰਮਦੇ ਹਾਂ, ਪਰ ਇਹ ਗੱਡੇ ਅੱਜ ਵੀ ਸਾਨੂੰ ਯਾਦ ਆਉਂਦੇ ਨੇ। ਅਤੇ ਜੇ ਮੈਂ ਤੁਹਾਨੂੰ ਥੋੜ੍ਹਾ ਇੱਧਰ ਹੋਰ ਲੈ ਕੇ ਜਾਵਾਂ, ਉਹ ਪਿੱਛੇ ਪਰਾਲੀ ਹੈ, ਇੱਧਰਲੇ ਪਾਸੇ ਪਾਥੀਆਂ ਦੇ ਢੇਰ ਲੱਗੇ ਹੋਏ ਨੇ, ਔਰ ਜੋ ਚਾਹ ਦਾ ਸਵਾਦ ਚੁੱਲ੍ਹੇ ਦੇ ਵਿੱਚ ਜਿਹੜੀ ਚਾਹ ਬਣਾਈ ਹੁੰਦੀ ਹੈ ਜਾਂ ਜਿਹੜੀਆਂ ਰੋਟੀਆਂ ਪੱਕਦੀਆਂ ਨੇ, ਉਹਦਾ ਸਵਾਦ ਹੀ ਕੁਝ ਹੋਰ ਹੁੰਦਾ ਹੈ। ਸੋ ਮੈਂ ਆਪਣੇ ਪਿੰਡ ਨੂੰ ਬੜਾ ਮਾਣ ਰਹੀ ਹਾਂ, ਇਸ ਦੀ ਹਵਾ ਮੇਰੇ ਮਨ ਨੂੰ ਤਰੋ ਤਾਜ਼ਾ ਕਰ ਰਹੀ ਹੈ, ਅਤੇ ਮੈਨੂੰ ਪੂਰੀ ਉਮੀਦ ਹੈ ਕਿ ਇਹ ਨਜ਼ਾਰਾ ਤੁਸੀਂ ਮੇਰੀਆਂ ਅੱਖਾਂ ਦੇ ਜ਼ਰੀਏ ਦੇਖ ਰਹੇ ਹੋ ਅਤੇ ਤੁਹਾਨੂੰ ਆਪਣਾ ਘਰ ਵੀ ਜ਼ਰੂਰ ਯਾਦ ਆ ਰਿਹਾ ਹੋਵੇਗਾ। ਅਤੇ ਜਿਹੜੇ ਸਾਡੇ ਗਲੀਆਂ ਦੇ ਕੱਖ ਵੀ ਹੁੰਦੇ ਨੇ, ਸਾਨੂੰ ਉਹਨਾਂ ਨੂੰ ਵੇਖ ਕੇ ਵੀ ਕੋਈ ਨਾ ਕੋਈ ਪੁਰਾਣੀਆਂ ਜਿਹੜੀਆਂ ਯਾਦਾਂ ਨੇ ਉਹ ਤਾਜ਼ੀਆਂ ਹੋ ਜਾਂਦੀਆਂ ਨੇ। ਆਹ ਜਿਹੜਾ ਹੁਣ ਸ਼ਹਿਤੂਤ ਦਾ ਦਰਖਤ ਹੈ ਮੇਰੇ ਪਿੱਛੇ, ਇਹਨੂੰ ਵੇਖ ਕੇ ਵੀ ਕੁਛ ਯਾਦਾਂ ਤਾਜ਼ੀਆਂ ਹੋ ਰਹੀਆਂ ਨੇ। ਜੇ ਉੱਪਰ ਝਾਤੀ ਮਾਰੀਏ ਤਾਂ ਇੱਥੇ ਗੋਲਾਂ ਲੱਗੀਆਂ ਹੋਈਆਂ ਨੇ। ਜਦੋਂ ਛੋਟੇ ਹੁੰਦੇ ਸਾਂ ਤਾਂ ਇਹ ਗੋਲਾਂ ਨੂੰ ਤੋੜ ਤੋੜ ਕੇ ਅਸੀਂ ਖਾਂਦੇ ਹੁੰਦੇ ਸੀ, ਲੜ ਵੀ ਪੈਣਾ, ਝਿੜਕ ਵੀ ਪੈਣਾ ਇੱਕ ਦੂਸਰੇ ਦੇ ਨਾਲ, ਫਿਰ ਉਂਝ ਦੇ ਉਂਝ ਹੀ ਹੋ ਜਾਣਾ। ਅਤੇ ਜੇ ਅਸੀਂ ਇੱਧਰਲੇ ਪਾਸੇ ਦੇਖੀਏ ਤਾਂ ਆਹ ਵੇਖੋ ਦੌਣ ਵਾਲਾ ਮੰਜਾ। ਵੈਸੇ ਅੱਜ ਕੱਲ੍ਹ ਪਿੰਡਾਂ ਦੇ ਵਿੱਚ ਵੀ ਇਹ ਜਿਹੜੇ ਦੌਣ ਵਾਲੇ ਮੰਜੇ ਨੇ ਇਹ ਅਲੋਪ ਹੋ ਰਹੇ ਨੇ, ਔਰ ਇਹਨਾਂ ਦੀ ਜਗ੍ਹਾ ਜਿਹੜੀ ਹੈ ਉਹ ਬੈੱਡਸ ਨੇ ਲੈ ਲਈ ਹੈ। ਨਵੇਂ ਨਵੇਂ ਫਰਨੀਚਰ ਆ ਗਏ ਨੇ, ਵੱਡੇ ਵੱਡੇ ਸੋਫੇ ਆ ਗਏ ਨੇ, ਪਲੰਘ ਆ ਗਏ ਨੇ ਘਰ ਦੇ ਵਿੱਚ, ਪਰ ਜਿਹੜੀ ਇਹ ਮੰਜੇ ਵਾਲੀ ਗੱਲ ਹੈ ਇਹ ਤਾਂ ਤੁਹਾਨੂੰ ਪਤਾ ਹੈ ਕਿ ਆਪਣੀ ਗੱਲ ਹੈ। ਹੁਣ ਦੇਖੋ ਜੀ ਇਹ ਮੰਜੇ ਦੀ ਜਿਹੜੀ ਹੀ ਹੈ ਭਾਵੇਂ ਟੁੱਟੀ ਵੀ ਹੋਈ ਹੈ, ਪਰ ਇੱਥੇ ਇਹ ਕੰਮ ਫਿਰ ਵੀ ਦੇ ਰਹੀ ਹੈ, ਇਹਨੂੰ ਸੁੱਟਿਆ ਨਹੀਂ ਗਿਆ, ਇਹਨੂੰ ਵੇਸਟ ਨਹੀਂ ਕੀਤਾ ਗਿਆ, ਇਹ ਬਹਿਣ ਦਾ ਕੰਮ ਅਜੇ ਵੀ ਦੇ ਰਹੀ ਹੈ। ਅਤੇ
ਇੱਥੇ ਬਹਿ ਕੇ ਇੰਨਾ ਜ਼ਿਆਦਾ ਨਜ਼ਾਰਾ ਆ ਰਿਹਾ, ਇੰਨਾ ਅੱਛਾ ਲੱਗ ਰਿਹਾ ਕਿ ਮੈਂ ਤੁਹਾਨੂੰ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੀ। ਇੱਕ ਪਾਸੇ ਟਰੋਲੀ ਹੈ, ਇੱਕ ਪਾਸੇ ਗੱਡਾ ਹੈ, ਦਰਖਤਾਂ ਦੀ ਠੰਡੀ ਠੰਡੀ ਛਾਂ ਹੈ, ਇਧਰਲੇ ਪਾਸੇ ਬਲਦ ਨੇ, ਆਪਣੇ ਡੰਗਰ ਬੱਝੇ ਹੋਏ ਨੇ, ਗੋਹਾ ਹੈ, ਔਰ ਜਿਹੜੀ ਇਹ ਸਮੈਲ ਆ ਰਹੀ ਹੈ ਇੰਨੀ ਫਰੈਸ਼ ਹੈ, ਇੰਨੀ ਵਧੀਆ ਹੈ ਕਿ ਇਹ ਜਿਹੜੀ ਚੀਜ਼ ਹੈ ਅਸੀਂ ਕਦੀ ਕਿਸੇ ਲੰਡਨ ਦੇ ਵਿੱਚ ਜਾਂ ਕਿਤੇ ਬਾਹਰ ਚਲ ਜਾਓ, ਇਹ ਜਿਹੜੀ ਹਵਾ ਹੈ ਸਾਨੂੰ ਕਦੀ ਵੀ ਉੱਥੇ ਨਹੀਂ ਮਿਲਦੀ। ਮੈਨੂੰ ਇਸ ਪਿੰਡ ਦੀ ਹਵਾ ਬਹੁਤ ਅੱਛੀ ਲੱਗਦੀ ਹੈ ਅਤੇ ਮੈਨੂੰ ਪਤਾ ਲੱਗ ਰਿਹਾ ਹੈ ਕਿ ਭਾਵੇਂ ਤੁਸੀਂ ਇਸ ਪ੍ਰੋਗਰਾਮ ਦੇ ਜ਼ਰੀਏ ਉਹ ਚੀਜ਼ ਫੀਲ ਨਹੀਂ ਕਰ ਸਕਦੇ ਜੋ ਮੈਂ ਕਰ ਰਹੀ ਹਾਂ, ਪਰ ਫਿਰ ਵੀ ਤੁਸੀਂ ਇਸ ਪ੍ਰੋਗਰਾਮ ਦਾ ਜ਼ਰੂਰ ਆਨੰਦ ਲੈ ਰਹੇ ਹੋਵੋਗੇ। ਪੰਜਾਬ ਦਿਆਂ ਪਿੰਡਾਂ ਵਿੱਚ ਕੀ ਅਤੇ ਸ਼ਹਿਰਾਂ ਦੇ ਵਿੱਚ ਕੀ, ਗਰਮੀਆਂ ਦੇ ਵਿੱਚ ਹੁਣ ਅੱਜ ਕੱਲ੍ਹ ਏਸੀ ਜਿਹੜੇ ਨੇ ਉਹ ਲੱਗਦੇ ਨੇ, ਪਰ ਏਸੀ ਵਾਲੇ ਕਮਰੇ ਦੇ ਵਿੱਚ ਬੈਠ ਕੇ ਉਹ ਆਨੰਦ ਨਹੀਂ ਆਉਂਦਾ ਜੋ ਕਿ ਰੁੱਖਾਂ ਦੀ ਛਾਂ ਦੇ ਥੱਲੇ ਬੈਠ ਕੇ ਆਉਂਦਾ। ਜਦੋਂ ਕਿਤੇ ਬਾਹਰੋਂ ਗਰਮੀ ਦੇ ਵਿੱਚੋਂ ਧੁੱਪ ਦੇ ਵਿੱਚੋਂ ਆਓ ਅਤੇ ਆਹ ਜਿਹੜਾ ਨਜ਼ਾਰਾ ਹੈ ਇਹ ਸਵਰਗ ਦਾ ਨਜ਼ਾਰਾ ਬਣ ਜਾਂਦਾ ਹੈ। ਜਿਹੜੀ ਇੱਥੇ ਆ ਕੇ ਇੱਕ ਮਨ ਨੂੰ ਸ਼ਾਂਤੀ ਮਿਲਦੀ ਹੈ, ਜਿਹੜੀ ਇੱਥੇ ਠੰਡਕ ਪਹੁੰਚਦੀ ਹੈ, ਉਹ ਏਸੀ ਵਾਲੀ ਜਗ੍ਹਾ 'ਤੇ ਵੀ ਬੈਠ ਕੇ ਕਦੀ ਨਹੀਂ ਮਿਲਦੀ। ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਜਿੱਥੇ ਇਸ ਨੂੰ ਪੰਜ ਦਰਿਆਵਾਂ ਦੀ ਧਰਤੀ ਕਹਿ ਕੇ ਅਸੀਂ ਪੁਕਾਰਦੇ ਹਾਂ, ਉੱਥੇ ਨਾਲ ਨਾਲ ਕਈ ਵਾਰੀ ਛੇਵੇਂ ਦਰਿਆ ਦੀ ਵੀ ਗੱਲ ਹੁੰਦੀ ਹੈ। ਇੱਥੇ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਦੀ ਵੀ ਗੱਲ ਹੁੰਦੀ ਹੈ। ਨਸ਼ਿਆਂ ਦੀ ਸਮੱਸਿਆ ਹੋ ਗਈ, ਜਾਂ ਫਿਰ ਦਾਜ ਸਮੱਸਿਆ ਹੋ ਗਈ, ਭਰੂਣ ਹੱਤਿਆ ਦੀ ਸਮੱਸਿਆ ਹੋ ਗਈ, ਬਹੁਤ ਸਾਰੀਆਂ ਜਿਹੜੀਆਂ ਨੈਗੇਟਿਵ ਗੱਲਾਂ ਨੇ ਉਹਨਾਂ ਦੇ ਬਾਰੇ ਅੱਜ ਕੱਲ੍ਹ ਇਹ ਜਿਹੜੀ ਚਰਚਾ ਹੈ ਉਹ ਹੁੰਦੀ ਰਹਿੰਦੀ ਹੈ। ਪਰ ਮੈਂ ਤੁਹਾਨੂੰ ਇਹ ਵੀ ਦਿਖਾਉਣਾ ਚਾਹੁੰਦੀ ਹਾਂ ਕਿ ਜਿਸ ਪੰਜਾਬ ਦੇ ਵਿੱਚ ਅਸੀਂ ਰਹਿੰਦੇ ਹਾਂ ਉਹਦੇ ਕਈ ਪੋਜ਼ਿਟਿਵ ਪੱਖ ਵੀ ਹਨ ਜੋ ਕਿ ਅਸੀਂ ਕਈ ਵਾਰੀ ਅੱਖਿਓਂ ਔਹਲੇ ਕਰ ਦਿੰਦੇ ਹਾਂ। ਜੇ ਅਸੀਂ ਧੀਆਂ ਦੀ ਗੱਲ ਕਰਦੇ ਹਾਂ, ਪੰਜਾਬ ਦੀਆਂ ਧੀਆਂ ਜਿਹੜੀਆਂ ਨੇ ਅੱਜ ਕੱਲ੍ਹ ਬੜੀ ਤਰੱਕੀ ਕਰ ਰਹੀਆਂ ਨੇ। ਬਹੁਤ ਸਾਰੇ ਜਿਹੜੇ ਮਾਪੇ ਨੇ ਉਹ ਇਹ ਜ਼ਰੂਰ ਹੈ ਕਿ ਉਹ ਧੀਆਂ ਨੂੰ ਜੰਮਣ ਤੋਂ ਪਹਿਲਾਂ ਕੁੱਖ ਦੇ ਵਿੱਚ ਹੀ ਖਤਮ ਕਰ ਦਿੰਦੇ ਨੇ, ਪਰ ਬਹੁਤ ਸਾਰੇ ਮਾਪੇ ਇਹੋ ਜਿਹੇ ਵੀ ਨੇ ਜੋ ਕਿ ਰੱਬ ਤੋਂ ਅਰਦਾਸਾਂ ਕਰਕੇ ਆਪਣੀਆਂ ਧੀਆਂ ਨੂੰ ਜੰਮਦੇ ਨੇ ਔਰ ਬਹੁਤ ਪਿਆਰ ਦੇ ਨਾਲ ਉਹਨਾਂ ਨੂੰ ਪਾਲਦੇ ਵੀ ਨੇ। ਪੰਜਾਬ ਦੀਆਂ ਧੀਆਂ ਬਹੁਤ ਤਰੱਕੀ ਕਰ ਰਹੀਆਂ ਨੇ ਔਰ ਮੈਂ ਚਾਹੁੰਦੀ ਹਾਂ ਕਿ ਕੁਝ ਐਸੀਆਂ ਧੀਆਂ ਨੂੰ ਅਸੀਂ ਮਿਲੀਏ ਜੋ ਕਿ ਇਸ ਪਿੰਡ ਦੀਆਂ ਲੜਕੀਆਂ ਨੇ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰੀਏ। ਕਿਉਂਕਿ ਇੱਕ ਜ਼ਮਾਨਾ ਸੀ ਜਦੋਂ ਕੁੜੀਆਂ ਨੂੰ ਸਾਈਕਲ ਤੱਕ ਚਲਾਉਣ ਦੀ ਇਜਾਜ਼ਤ ਨਹੀਂ ਹੁੰਦੀ ਸੀ, ਫਿਰ ਕੁੜੀਆਂ ਨੇ ਸਕੂਟਰ ਚਲਾਉਣੇ ਸਿੱਖ ਲਏ, ਕਾਰਾਂ ਚਲਾਉਣੀਆਂ ਸਿੱਖ ਲਈਆਂ ਅਤੇ ਹੁਣ ਤਾਂ ਕੁੜੀਆਂ ਜਿਹੜੀਆਂ ਨੇ ਹਵਾਈ ਜਹਾਜ਼ ਵੀ ਚਲਾਉਂਦੀਆਂ ਨੇ। ਪਰ ਮੇਰੇ ਪਿੰਡ ਦੇ ਵਿੱਚ ਜਿਹੜੀਆਂ ਕੁੜੀਆਂ ਨੇ ਉਹ ਮੋਟਰਸਾਈਕਲ ਅਤੇ ਟਰੈਕਟਰ ਵੀ ਚਲਾ ਲੈਂਦੀਆਂ ਨੇ। ਮੈਂ ਚਾਹੁੰਦੀ ਹਾਂ ਕਿ ਮੈਂ ਐਸੀ ਹੀ ਇੱਕ ਲੜਕੀ ਦੇ ਨਾਲ ਤੁਹਾਡੀ ਮੁਲਾਕਾਤ ਕਰਾਵਾਂ ਅਤੇ ਆਓ ਅਸੀਂ ਮਿਲਦੇ ਹਾਂ ਇਸ ਬੇਟੀ ਨੂੰ ਜੋ ਕਿ ਸਾਡੇ ਪਿੰਡ ਦੀ ਲੜਕੀ ਹੈ ਅਤੇ ਇਹਦੇ ਨਾਲ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਤੁਸੀਂ ਸਾਨੂੰ ਆਪਣਾ ਨਾਂ ਦੱਸੋ। ਜੀ, ਮੇਰਾ ਨਾਮ ਜਸਪ੍ਰੀਤ ਕੌਰ ਹੈ। ਅਤੇ ਜਸਪ੍ਰੀਤ, ਤੁਹਾਡੀ ਏਜ ਕਿੰਨੀ ਹੈ? ਜੀ, ਮੈਂ 17 ਸਾਲ ਦੀ ਹਾਂ। ਅੱਛਾ, ਅਤੇ ਤੁਸੀਂ ਪੜ੍ਹਦੇ ਹੋ? ਹਾਂਜੀ, ਮੈਂ 12th 'ਚ ਪੜ੍ਹਦੀ ਹਾਂ। ਅੱਛਾ, ਅਤੇ ਕਿੱਥੇ ਪੜ੍ਹਦੇ ਹੋ ਸਾਨੂੰ ਦੱਸੋ? ਮੈਂ ਕੰਨਿਆ ਮਹਾਵਿਦਿਆਲਿਆ ਜਲੰਧਰ ਪੜ੍ਹਦੀ ਹਾਂ। ਅੱਛਾ, ਅਸੀਂ ਹੁਣੇ ਗੱਲ ਕਰ ਰਹੇ ਸੀ ਭਰੂਣ ਹੱਤਿਆ ਦੀ ਅਤੇ ਦਾਜ ਦੀ ਸਮੱਸਿਆ ਦੀ। ਤੁਸੀਂ ਪੰਜਾਬ ਦੀ ਬੇਟੀ ਹੋ, ਇੱਥੇ ਜੰਮੇ ਹੋ, ਪਲਿਓ, ਮੈਂ ਤੁਹਾਡੇ ਇਹਦੇ ਬਾਰੇ ਵਿਚਾਰ ਜਾਣਨਾ ਚਾਹੁੰਦੀ ਹਾਂ ਕਿ ਕੀ ਇਹ ਵਾਕਿਆ ਹੀ ਏਡੀ ਵੱਡੀ ਸਮੱਸਿਆ ਹੈ ਜਿੱਡੀ ਵੱਡੀ ਸਮੱਸਿਆ ਮੀਡੀਆ ਦੇ ਵਿੱਚ ਜਾਂ ਪ੍ਰੈਸ ਦੇ ਵਿੱਚ ਇਹ ਦਿਖਾਈ ਜਾਂਦੀ ਹੈ, ਜਾਂ ਇਹਦਾ ਇੱਕ ਅਲੱਗ ਤਸਵੀਰ ਦਾ ਦੂਸਰਾ ਪਾਸਾ ਵੀ ਹੈ? 10% ਮਾਪੇ ਇੱਦਾਂ ਦੇ ਵੀ ਨੇ ਜੋ ਕਿ ਆਪਣੀ ਧੀਆਂ ਦਾ ਕਤਲ ਕੁੱਖ ਵਿੱਚ ਕਰ ਦਿੰਦੇ ਨੇ, ਪਰ 90% ਮਾਂ ਬਾਪ ਇੱਦਾਂ ਦੇ ਵੀ ਨੇ ਕਿ ਜੋ ਆਪਣੀ ਧੀਆਂ ਨੂੰ ਪੁੱਤਰਾਂ ਵਾਂਗ ਪਾਲ ਰਹੇ ਨੇ। ਅਤੇ ਮੈਂ ਤੁਹਾਡੇ ਕੋਲੋਂ ਜਾਣਨਾ ਚਾਹਾਂਗੀ ਕਿ ਤੁਸੀਂ ਇਹ ਗੱਲ ਕਹਿ ਰਹੇ ਹੋ, ਤੁਸੀਂ ਪਹਿਲਾਂ ਆਪਣੇ ਬਾਰੇ ਮੈਨੂੰ ਦੱਸੋ ਕਿ ਤੁਹਾਡੇ ਮਾਪੇ ਜਿਹੜੇ ਨੇ ਉਹ ਤੁਹਾਨੂੰ ਕਿਸ ਤਰ੍ਹਾਂ ਪਾਲ ਰਹੇ ਨੇ? ਜੀ, ਮੇਰੇ ਮਾਪੇ ਮੈਨੂੰ ਪੂਰੇ ਮਤਲਬ ਮੇਰੇ ਮਾਪੇ ਮੈਨੂੰ ਪੂਰੇ ਪੁੱਤਰਾਂ ਵਾਂਗੂ ਪਾਲ ਰਹੇ ਨੇ। ਉਹਨਾਂ ਨੇ ਮੈਨੂੰ ਕਿੰਨੇ ਭੈਣ ਭਰਾ ਨੇ ਤੁਹਾਡੇ? ਜੀ, ਮੈਂ ਆਪਣੇ ਮਾਪਿਆਂ ਦੀ ਇਕੱਲੀ ਇਕੱਲੀ ਧੀ ਹਾਂ ਅਤੇ ਉਹਨਾਂ ਨੇ ਮੈਨੂੰ ਹਰ ਇੱਕ ਚੀਜ਼ ਖੁੱਲ੍ਹ ਦਿੱਤੀ ਹੈ। ਉਹ ਮੈਨੂੰ ਕਿਸੇ ਚੀਜ਼ ਤੋਂ ਰੋਕ ਟੋਕ ਨਹੀਂ ਕਰਦੇ ਹੈਗੇ, ਉਹ ਮੈਨੂੰ ਪੂਰੇ ਪੁੱਤਰਾਂ ਵਾਂਗੂ ਪਾਲਦੇ ਨੇ ਅਤੇ ਮੈਨੂੰ ਉਹਨਾਂ ਨੇ ਕਿਸੇ ਚੀਜ਼ ਵਿੱਚ ਰੋਕ ਨਹੀਂ ਦਿੱਤੀ ਹੈਗੀ। ਮੈਂ ਪੜ੍ਹਦੀ ਹਾਂ, ਇਸ ਟਾਈਮ +2 ਵਿੱਚ ਪੜ੍ਹ ਰਹੀ ਹਾਂ ਅਤੇ ਮੈਂ ਪੜ੍ਹਾਈ ਦੇ ਨਾਲ ਨਾਲ ਆਪਣਾ ਹਰ ਇੱਕ ਸ਼ੌਂਕ ਵੀ ਪੂਰਾ ਕਰਦੀ ਹਾਂ ਅਤੇ ਉਹ ਮੇਰੇ ਹਰ ਇੱਕ ਗੱਲ ਵਿੱਚ ਮੇਰੀ ਸਹਾਇਤਾ ਕਰਦੇ ਨੇ, ਹਰ ਸ਼ੌਂਕ ਪਗਾਉਂਦੇ ਨੇ ਉਹ ਮੇਰਾ। ਅੱਛਾ, ਅਤੇ ਤੁਸੀਂ ਕਿਹਾ ਸ਼ੌਂਕ ਪਗਾਉਂਦੇ ਨੇ, ਸਾਨੂੰ ਇਹ ਦੱਸੋ ਕਿ ਕਿਹੜੇ ਕਿਹੜੇ ਸ਼ੌਂਕ ਨੇ ਤੁਹਾਨੂੰ? ਦੇਖੋ, ਮੈਂ ਪੜ੍ਹਾਈ ਦੇ ਨਾਲ ਮੇਰਾ ਇੱਕ ਸਭ ਤੋਂ ਵੱਡਾ ਸ਼ੌਂਕ ਹੈ ਜੋ ਕਿ ਮੇਰਾ ਸਿੰਗਿੰਗ ਦਾ ਹੈਗਾ ਅਤੇ ਦੂਸਰਾ ਮੈਂ ਆਪਣੇ ਹਰ ਇੱਕ ਚੀਜ਼ ਚਲਾਉਂਦੀ, ਮੈਂ ਇਸ ਟਾਈਮ ਹਰ ਇੱਕ ਮੋਟਰ ਗੱਡੀ ਚਲਾ ਲੈਂਦੀ ਹੈਗੀ ਹਾਂ। ਤੁਸੀਂ ਮਤਲਬ ਸ਼ੌਂਕ ਵਾਸਤੇ ਚਲਾਉਂਦੇ ਹੋ ਜਾਂ ਮਤਲਬ ਘਰਦਿਆਂ ਦੀ ਹੈਲਪ ਕਰਨ ਵਾਸਤੇ? ਕਿਹੜੀ ਕਿਹੜੀ ਗੱਡੀ ਚਲਾ ਲੈਂਦੇ ਪਹਿਲਾਂ ਤਾਂ ਇਹ ਦੱਸੋ।
ਮੈਂ ਕਾਰ ਚਲਾ ਲੈਂਦੀ ਹੈਗੀ ਹਾਂ, ਟਰੈਕਟਰ ਚਲਾ ਲੈਂਦੀ ਹਾਂ, ਮੋਟਰਸਾਈਕਲ। ਟਰੈਕਟਰ ਚਲਾ ਲੈਂਦੇ ਹੋ? ਹਾਂਜੀ। ਮੈਨੂੰ ਲੱਗਦਾ ਕੁੜੀ ਝੂਠ ਬੋਲ ਰਹੀ ਹੈ, ਤੁਹਾਨੂੰ ਕੀ ਲੱਗਦਾ? ਨਹੀਂ ਜੀ, ਮੈਂ ਟਰੈਕਟਰ ਵੀ ਚਲਾ ਲੈਂਦੀ ਹਾਂ। ਤੇ ਸਰ ਤੁਸੀਂ ਸਾਨੂੰ ਚਲਾ ਕੇ ਵਿਖਾਓਗੇ? ਹਾਂਜੀ ਜ਼ਰੂਰ। ਅੱਛਾ, ਤੇ ਇਹ ਦੱਸੋ ਹੋਰ ਕੀ ਚਲਾ ਲੈਂਦੇ ਹੋ? ਮੈਂ ਮੋਟਰਸਾਈਕਲ ਵੀ ਚਲਾ ਲੈਂਦੀ ਹੈਗੀ ਹਾਂ, ਸਕੂਟਰ ਵੀ, ਤੇ ਹੋਰ ਮੈਂ ਇਹ ਸ਼ੌਂਕ, ਇੱਕ ਤਾਂ ਮੇਰਾ ਸ਼ੌਂਕ ਵੀ ਹੈਗਾ, ਦੂਸਰਾ ਮੇਰੇ ਘਰਦਿਆਂ ਦੀ ਹੈਲਪ ਵੀ ਹੁੰਦੀ, ਉਹਨਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਉਂਦੀ ਕਿ ਕੁੜੀ ਹੈ ਕੁਛ ਨਹੀਂ ਕਰ ਸਕਦੀ। ਮੈਂ ਜਦੋਂ ਵੀ ਮੇਰੇ ਘਰਦਿਆਂ ਨੂੰ ਕੋਈ ਵੀ ਪ੍ਰੋਬਲਮ ਆਉਂਦੀ ਹੈ, ਮੈਂ ਉਹਨਾਂ ਨੂੰ ਮੋਟਰ ਗੱਡੀ 'ਤੇ ਲੈ ਕੇ ਜਾਂਦੀ ਹੈਗੀ ਹਾਂ, ਬਾਜ਼ਾਰ ਲੈ ਕੇ ਜਾਂਦੀ ਹਾਂ, ਕਿਤੇ ਵੀ ਕੁਛ ਵੀ ਕੰਮ ਹੁੰਦਾ ਮੈਂ ਉਹਨਾਂ ਨੂੰ ਲੈ ਕੇ ਜਾਂਦੀ ਹਾਂ ਆਪਣੇ ਨਾਲ। ਅਤੇ ਤੁਸੀਂ ਮੈਨੂੰ ਇਹ ਦੱਸੋ ਕਿ ਤੁਹਾਡੇ ਮਾਂ ਬਾਪ ਨੇ ਤਾਂ ਤੁਹਾਨੂੰ ਇਹ ਖੁੱਲ੍ਹ ਦਿੱਤੀ ਹੈ ਕਿ ਤੁਹਾਨੂੰ ਪੁੱਤਰਾਂ ਵਾਂਗਰ ਸਮਝ ਰਹੇ ਨੇ, ਪਰ ਜਿਹੜਾ ਆਲੇ ਦੁਆਲੇ ਦਾ ਜ਼ਮਾਨਾ ਹੈ ਉਹਦਾ ਇਹਦੇ ਪ੍ਰਤੀ ਕੀ ਵਿਚਾਰ ਹੈ? ਉਹ ਮਤਲਬ ਉਹ ਕੀ ਸਮਝਦੇ ਨੇ ਕਿ ਇਹ ਕੁੜੀਆਂ ਨੂੰ ਇੰਨੀ ਖੁੱਲ੍ਹ ਦੇਣੀ ਚਾਹੀਦੀ ਹੈ ਜਾਂ ਨਹੀਂ? ਤੁਹਾਨੂੰ ਕਿਸ ਤਰ੍ਹਾਂ ਦੇ ਕਮੈਂਟਸ ਸੁਣਨ ਨੂੰ ਮਿਲਦੇ ਨੇ? ਦੇਖੋ ਜੀ, ਹਾਲੇ ਤੱਕ ਜਿੰਨੇ ਵੀ ਮੈਨੂੰ ਕਮੈਂਟਸ ਮਿਲੇ ਹੈਗੇ ਆ, ਉਹਨਾਂ ਨੇ ਸਾਰਿਆਂ ਨੇ ਇਹੀ ਕਿਹਾ ਹੈ ਕਿ ਹਾਂ ਵੀ ਅਗਰ ਇੱਕ ਕੁੜੀ ਕਰ ਸਕਦੀ ਹੈ ਤਾਂ ਸਾਰੀਆਂ ਹੀ ਪੰਜਾਬ ਦੀਆਂ ਕੁੜੀਆਂ ਕਰ ਸਕਦੀਆਂ ਨੇ। ਬਾਕੀ ਲੋਕਾਂ ਦੀ ਸੋਚਣੀ 'ਤੇ ਡਿਪੈਂਡ ਹੈਗਾ। ਹੁਣ ਪੰਜਾਬ ਵੀ ਕਿਸੇ ਮਤਲਬ ਹੋਰ ਖੇਤਰ ਨਾਲੋਂ ਘੱਟ ਨਹੀਂ ਹੈਗਾ, ਇਹ ਪੰਜਾਬ ਵਿੱਚ ਵੀ ਕਈ ਕੁੜੀਆਂ ਨੇ ਜਿਹੜੀਆਂ ਮੁੰਡਿਆਂ ਤੋਂ ਬਹੁਤ ਜ਼ਿਆਦਾ ਅੱਗੇ ਨਿਕਲ ਚੁੱਕੀਆਂ ਨੇ। ਐਂਡ ਈਵਨ ਇੱਥੋਂ ਤੱਕ ਕਿ ਲੱਗਦਾ ਹੈਗਾ ਕਿ ਕਿਸੇ ਵੀ ਕੁੜੀ ਨੂੰ ਕੋਈ ਵੀ ਰੋਕ ਨਹੀਂ ਹੋਣੀ ਚਾਹੀਦੀ, ਉਹਨੂੰ ਹਰ ਇੱਕ ਖੁੱਲ੍ਹ ਮਿਲਣੀ ਚਾਹੀਦੀ ਤਾਂ ਕਿ ਉਹ ਵੀ ਬਾਕੀਆਂ ਵਾਂਗੂ, ਬਾਕੀ ਹੋਰ ਦੇਸ਼ਾਂ ਦੀ ਕੁੜੀਆਂ ਵਾਂਗ ਅੱਗੇ ਨਿਕਲਣ ਅਤੇ ਆਪਣੇ ਮਾਂ ਪਿਓ ਦਾ ਅਤੇ ਆਪਣੇ ਦੇਸ਼ ਦਾ ਨਾਮ ਉੱਚਾ ਕਰਨ। ਅਤੇ ਬਹੁਤ ਵਧੀਆ ਲੱਗ ਰਿਹਾ ਤੁਹਾਡੇ ਨਾਲ ਗੱਲ ਕਰਕੇ। ਅਤੇ ਤੁਸੀਂ ਮੈਨੂੰ ਦੱਸੋ ਕਿ ਜਿਹੜੀ ਤੁਸੀਂ ਪੜ੍ਹਾਈ ਕਰ ਰਹੇ ਹੋ ਉਹ ਕਿਸ ਚੀਜ਼ ਦੀ ਪੜ੍ਹਾਈ ਕਰ ਰਹੇ ਹੋ ਅਤੇ ਤੁਹਾਡਾ ਜੀਵਨ ਦੇ ਵਿੱਚ ਉਦੇਸ਼ ਕੀ ਹੈਗਾ, ਕੀ ਬਣਨਾ ਚਾਹੁੰਦੇ ਹੋ? ਮੈਂ ਇਸ ਟਾਈਮ ਪਲੱਸ ਟੂ ਨੋਨ ਮੈਡੀਕਲ ਕਰ ਰਹੀ ਹੈਗੀ ਹਾਂ, ਅਤੇ ਉਹਦੇ ਨਾਲ ਨਾਲ ਮੈਂ ਜਿੱਦਾਂ ਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਹੈਗਾ ਕਿ ਮੇਰਾ ਸਿੰਗਿੰਗ ਦਾ ਸ਼ੌਂਕ ਹੈ, ਅਤੇ ਮੈਂ ਆਪਣੇ ਦੋਵੇਂ ਚੀਜ਼ਾਂ ਨੂੰ ਪੜ੍ਹਾਈ ਦੇ ਨਾਲ ਨਾਲ ਆਪਣੇ ਸ਼ੌਂਕ ਨੂੰ ਵੀ ਪੂਰਾ ਬਰਕਰਾਰ ਰੱਖਿਆ ਹੋਇਆ ਨਾਲ, ਅਤੇ ਮੈਂ ਆਪਣੇ ਅੱਗੇ ਜਾ ਕੇ ਬੀਟੈਕ ਇੰਜੀਨੀਅਰਿੰਗ ਕਰਨੀ ਹੈਗੀ ਹੈ, ਅਤੇ ਨਾਲ ਫਿਰ ਵੀ ਮੈਂ ਆਪਣੀ ਜਿਹੜਾ ਸਿੰਗਿੰਗ ਦਾ ਸ਼ੌਂਕ ਹੈਗਾ ਉਹ ਮੈਂ ਨਹੀਂ ਛੱਡਾਂਗੀ। ਅਤੇ ਸਿੰਗਿੰਗ ਦੇ ਸ਼ੌਂਕ ਵਿੱਚ ਤੁਹਾਡੇ ਜਿਹੜੇ ਮਦਰ ਫਾਦਰ ਨੇ ਕੀ ਤੁਹਾਨੂੰ ਇਨਕਰੇਜ ਕਰਦੇ ਨੇ? ਹਾਂਜੀ, ਉਹ ਮੈਨੂੰ ਹਰ ਇੱਕ ਚੀਜ਼ ਵਿੱਚ, ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਹੋਇਆ ਪਹਿਲਾਂ ਵੀ, ਹਰ ਇੱਕ ਚੀਜ਼ ਵਿੱਚ ਇਨਕਰੇਜ ਕਰਦੇ, ਉਹ ਉੱਦਾਂ ਹੀ ਮੇਰੇ ਨਾਲ ਨਾਲ ਸਿੰਗਿੰਗ ਦੀਆਂ ਕਲਾਸਾਂ ਵਿੱਚ ਵੀ ਮੇਰੀ ਬਹੁਤ ਜ਼ਿਆਦਾ ਹੈਲਪ ਕਰਦੇ ਨੇ। ਉਹਨਾਂ ਨੇ ਅੱਜ ਮੈਨੂੰ ਕਿਸੇ ਵੀ ਚੀਜ਼ ਤੋਂ ਕਦੀ ਰੋਕ ਟੋਕ ਨਹੀਂ ਦਿੱਤੀ, ਉਹ ਮੇਰੀਆਂ ਹਰ ਇੱਕ ਸਿੰਗਿੰਗ ਕਲਾਸ ਜਿੱਥੇ ਵੀ ਹੁੰਦੀ, ਮੇਰਾ ਕੋਈ ਪ੍ਰੋਗਰਾਮ ਵੀ ਹੁੰਦਾ, ਈਵਨ ਕਿ ਮੇਰੇ ਨਾਲ ਵੀ ਜਾਂਦੇ ਨੇ ਐਂਡ ਮੈਨੂੰ ਪੂਰਾ ਇਨਕਰੇਜਮੈਂਟ ਦਿੰਦੇ ਨੇ। ਅਤੇ ਤੁਸੀਂ ਕੋਈ ਸਪੈਸ਼ਲ ਟ੍ਰੇਨਿੰਗ ਲੈ ਰਹੇ ਹੋ ਜਾਂ ਮਤਲਬ ਸਿਰਫ ਸ਼ੌਕ ਤੱਕ ਹੀ ਹੈਗਾ ਤੁਹਾਡਾ? ਨਹੀਂ, ਮੇਰੀਆਂ ਕਲਾਸਿਸ ਵੀ ਚੱਲਦੀਆਂ ਹੈਗੀਆਂ ਨੇ। ਚੱਲਦੀਆਂ ਨੇ? ਹਾਂਜੀ। ਜਸਪ੍ਰੀਤ, ਤੁਸੀਂ ਗਾਇਕੀ ਦੇ ਖੇਤਰ ਦੇ ਵਿੱਚ ਆਪਣੀ ਕਿਸਮਤ ਜਿਹੜੀ ਹੈ ਉਹ ਅਜ਼ਮਾ ਰਹੇ ਹੋ, ਟ੍ਰੇਨਿੰਗ ਵੀ ਲੈ ਰਹੇ ਹੋ, ਜੇ ਅਸੀਂ ਗਾਇਕੀ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਇੱਕ ਕੁਐਸਚਨ ਮਾਰਕ ਆ ਜਾਂਦਾ ਹੈ, ਕਿਉਂਕਿ ਬਹੁਤ ਸਾਰੇ ਗੀਤ ਜਿਹੜੇ ਨੇ ਉਹ ਐਸੇ ਨੇ ਜਿਹੜੇ ਕਿ ਸਾਡੇ ਸੱਭਿਆਚਾਰ ਦੀ ਸਹੀ ਤਸਵੀਰ ਜਿਹੜੀ ਹੈ ਉਹ ਨਹੀਂ ਪੇਸ਼ ਕਰਦੇ। ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ? ਤੁਸੀਂ ਕਿਸ ਤਰ੍ਹਾਂ ਦੀ ਗਾਇਕੀ ਪਸੰਦ ਕਰਦੇ ਹੋ? ਮੈਂ ਰੂਪ ਜੀ, ਗਾਣਾ ਤਾਂ ਗਾਣਾ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਹੁਣ ਬਹੁਤ ਤਰ੍ਹਾਂ ਦੇ ਟ੍ਰੈਡੀਸ਼ਨਸ ਆਏ ਹੋਏ ਆ ਕਿ ਲੋਕ ਅਜੀਬ ਅਜੀਬ ਗਾਣੇ ਗਾਉਂਦੇ ਹੈਗੇ, ਜਿਹਦੇ ਨਾਲ ਮਾਂ ਪਿਓ ਦਾ ਤਾਂ ਨਾਮ, ਚਲੋ ਇੱਕ ਹਿਸਾਬ ਦਾ ਆਪਣਾ ਵੀ ਨਾਮ ਉੱਚਾ ਕਰਦੇ ਹੈਗੇ ਆ, ਪਰ ਉਹ ਗਾਣੇ ਜਿਹੜੇ ਆਪਣੇ ਸੁਸਾਇਟੀ ਵਾਸਤੇ ਠੀਕ ਨਹੀਂ ਹੈਗੇ। ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਮੈਂ ਪੂਰੇ ਕਲਚਰਲ ਗਾਣੇ ਗਾਉਂਦੀ ਹਾਂ ਅਤੇ ਮੈਂ ਅੱਗੇ ਵੀ ਜਾ ਕੇ ਗਾਣਾ ਚਾਹੁੰਦੀ ਹਾਂ, ਜਿਹਦੇ ਨਾਲ ਕਿ ਨਾ ਕਿ ਮੇਰਾ ਨਾਮ ਜਾਂ ਮੇਰੇ ਮਾਂ ਪਿਓ ਦਾ ਨਾਮ ਉੱਚਾ ਹੋਵੇ, ਉਹਦੇ ਨਾਲ ਮੇਰੇ ਸੱਭਿਆਚਾਰ ਦਾ ਵੀ ਨਾਮ ਬਣਿਆ ਰਹੇ ਅਤੇ ਉੱਚਾ ਹੋਵੇ। ਸੋ ਤੁਸੀਂ ਸੱਭਿਆਚਾਰਕ ਗੀਤਾਂ ਨੂੰ ਹੀ ਪ੍ਰਮੋਟ ਕਰੋਗੇ ਔਰ ਇਹੀ ਗਾਓਗੇ ਤਾਂ ਜੋ ਸਾਡੇ ਜਿਹੜੇ ਸੱਭਿਆਚਾਰ ਦਾ ਜਿਹੜਾ ਰੰਗਲੀ ਤਸਵੀਰ ਹੈ ਉਹ ਉਸੇ ਤਰ੍ਹਾਂ ਦੀ ਹੀ ਬਣੀ ਰਹੇ। ਅੱਛਾ ਜਸਪ੍ਰੀਤ, ਤੁਸੀਂ ਸਾਨੂੰ ਹੁਣ ਕੁਝ ਸੁਣਾਓਗੇ ਵੀ ਫਿਰ? ਹਾਂਜੀ ਰੂਪ ਜੀ, ਜ਼ਰੂਰ। ਮੇਰਾ ਇਸ ਟਾਈਮ ਹੁਣ ਰਿਹਰਸਲ ਦਾ ਹੀ ਟਾਈਮ ਹੋਇਆ ਅਤੇ ਚਲੋ ਮੈਂ ਤੁਹਾਨੂੰ ਆਪਣੇ ਘਰ ਲੈ ਕੇ ਜਾਵਾਂ ਅਤੇ ਆਪਣੇ ਗਾਣੇ ਦੀਆਂ ਕੁਝ ਚੰਦ ਲਾਈਨਾਂ ਸੁਣਾਵਾਂ। ਠੀਕ ਹੈ, ਚਲੋ। ਮੇਲਾ ਲੱਗਿਆ ਸੋਹਣਾ ਅੱਜ ਤੀਆਂ ਦਾ, ਮਾਣ ਵਧਿਆ ਪੰਜਾਬ ਦੀਆਂ ਤੀਆਂ ਦਾ, ਮੇਲਾ ਲੱਗਿਆ ਸੋਹਣਾ ਅੱਜ ਤੀਆਂ ਦਾ, ਮਾਣ ਵਧਿਆ ਪੰਜਾਬ ਦੀਆਂ ਤੀਆਂ ਦਾ, ਮਾਣ ਵਧਿਆ ਪੰਜਾਬ ਦੀਆਂ ਤੀਆਂ ਦਾ, ਤੇ ਬਣੇ ਆ ਸਵੱਬ ਕੁੜੀਓ, ਰੁੱਤ ਗਿੱਧਿਆਂ ਦੀ ਆ ਗਈ ਅੱਜ ਰੰਗਲੀ, ਤੇ ਲੱਗਦੇ ਨਾ ਬੱਬ ਕੁੜੀਓ, ਰੁੱਤ ਗਿੱਧਿਆਂ ਦੀ ਆ ਗਈ ਅੱਜ ਰੰਗਲੀ, ਤੇ ਲੱਗਦੇ ਨਾ ਬੱਬ ਕੁੜੀਓ, ਵਿੱਚ ਮਸਤੀ ਦੇ ਪੌਣੀਆਂ ਨੇ ਬੋਲੀਆਂ, ਰਾਹੀ ਨੱਚਣਾ ਬਣਾ ਕੇ ਬੰਨ ਟੋਲੀਆਂ, ਬਾਰੀ ਬਰਸੀ ਖੱਡਣ ਗਿਆ ਸੀ, ਖੱਡ ਕੇ ਲਿਆਂਦੀਆਂ ਸਿੱਖਾਂ,
ਬਾਰੀ ਬਰਸੀ ਖੱਡਣ ਗਿਆ ਸੀ ਖੱਟ ਕੇ ਲਿਆਂਦੀਆਂ ਸਿੱਖਾਂ ਮੇਰੇ ਦੇਸ਼ ਦੀਆਂ ਕੌਣ ਕਰੂਗਾ ਰੀਸਾਂ ਮੇਰੇ ਦੇਸ਼ ਦੀਆਂ ਕੌਣ ਕਰੂਗਾ ਰੀਸਾਂ ਮੇਰੇ ਦੇਸ਼ ਦੀਆਂ ਕੌਣ ਕਰੂਗਾ ਰੀਸਾਂ ਵਿੱਚ ਮਸਤੀ ਦੇ ਪੌਣੀਆਂ ਨੇ ਬੋਲੀਆਂ ਰਾਹੀ ਨੱਚਣਾ ਬਣਾ ਕੇ ਬੰਨ ਟੋਲੀਆਂ ਰਾਹੀ ਨੱਚਣਾ ਬਣਾ ਕੇ ਬੰਨ ਟੋਲੀਆਂ ਤੇ ਰਾਜੀ ਰੱਖੇ ਰੱਬ ਕੁੜੀਓ ਰੁੱਤ ਗਿੱਧਿਆਂ ਦੀ ਆ ਗਈ ਅੱਜ ਰੰਗਲੀ ਤੇ ਲੱਗਦੇ ਨਾ ਬੱਬ ਕੁੜੀਓ ਰੁੱਤ ਗਿੱਧਿਆਂ ਦੀ ਆ ਗਈ ਅੱਜ ਰੰਗਲੀ ਤੇ ਲੱਗਦੇ ਨਾ ਬੱਬ ਕੁੜੀਓ ਰੁੱਤ ਗਿੱਧਿਆਂ ਦੀ ਆ ਗਈ ਅੱਜ ਰੰਗਲੀ ਤੇ ਲੱਗਦੇ ਨਾ ਬੱਬ ਕੁੜੀਓ ਰੁੱਤ ਗਿੱਧਿਆਂ ਦੀ ਆ ਗਈ ਅੱਜ ਰੰਗਲੀ ਤੇ ਲੱਗਦੇ ਨਾ ਬੱਬ ਕੁੜੀਓ ਤੇ ਕਿਹੋ ਜਿਹੀਆਂ ਲੱਗੀਆਂ ਨੇ ਤੁਹਾਨੂੰ ਜਸਪ੍ਰੀਤ ਦੇ ਗਾਣੇ ਦੀਆਂ ਕੁਝ ਲਾਈਨਾਂ ਜ਼ਰੂਰ ਪਸੰਦ ਆਈਆਂ ਹੋਣਗੀਆਂ ਅਤੇ ਹੁਣ ਜਿਹੜਾ ਆਹ ਪਿੱਛੇ ਮੇਰੇ ਨਜ਼ਾਰਾ ਹੈ ਇਸ ਨੂੰ ਦੇਖ ਕੇ ਬੋਲੀ ਦੀਆਂ ਲਾਈਨਾਂ ਯਾਦ ਆ ਰਹੀਆਂ ਨੇ ਕਹਿੰਦੇ ਇੱਧਰ ਕਣਕਾਂ ਉੱਧਰ ਕਣਕਾਂ ਵਿੱਚ ਕਣਕਾਂ ਦੇ ਟੋਏ ਤੁਹਾਨੂੰ ਇਹ ਬੋਲੀ ਜ਼ਰੂਰ ਯਾਦ ਆ ਗਈ ਹੋਏਗੀ ਅਤੇ ਗੱਲ ਹੋ ਰਹੀ ਸੀ ਸਾਡੇ ਪੰਜਾਬ ਦੀਆਂ ਸਮੱਸਿਆਵਾਂ ਦੀ ਕਿ ਜਿਹੜਾ ਇੱਕ ਤਸਵੀਰ ਦਾ ਪਾਸਾ ਹੈ ਕਈ ਵਾਰੀ ਅਸੀਂ ਉਹਦੀ ਜ਼ਿਆਦਾ ਗੱਲ ਕਰ ਲੈਂਦੇ ਹਾਂ ਜਿਹੜਾ ਪੋਜ਼ੀਟਿਵ ਪੱਖ ਹੁੰਦਾ ਕਈ ਵਾਰੀ ਅਸੀਂ ਉਸ ਨੂੰ ਭੁੱਲ ਜਾਂਦੇ ਹਾਂ ਪੰਜਾਬ ਦੇ ਵਿੱਚ ਜਿਹੜੇ ਗੱਭਰੂ ਨੇ ਉਹ ਬਹੁਤ ਨਸ਼ੇ ਲੈ ਰਹੇ ਨੇ ਇਹ ਇੱਕ ਸਮੱਸਿਆ ਹੈ ਸਾਨੂੰ ਸਾਰਿਆਂ ਨੂੰ ਪਤਾ ਹੈ ਪਰ ਉਸ ਦੇ ਨਾਲ ਨਾਲ ਕੁਝ ਯੰਗਸਟਰਸ ਐਸੇ ਵੀ ਹਨ ਜੋ ਕਿ ਬੜੇ ਸੁਚੇਤ ਨੇ ਆਪਣੇ ਪੰਜਾਬ ਬਾਰੇ ਆਪਣੀ ਸਿੱਖੀ ਬਾਰੇ ਆਪਣੇ ਧਰਮ ਬਾਰੇ ਆਪਣੇ ਸੱਭਿਆਚਾਰ ਬਾਰੇ ਅਤੇ ਇੱਕ ਐਸੇ ਹੀ ਨੌਜਵਾਨ ਦੇ ਨਾਲ ਮੈਂ ਤੁਹਾਡੀ ਮੁਲਾਕਾਤ ਕਰਾਉਣਾ ਚਾਹਾਂਗੀ ਜਿਸ ਦਾ ਨਾਮ ਹੈ ਹਿਰਦੇ ਬੇਟੇ ਇੱਧਰ ਆਓ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਅਤੇ ਸਭ ਤੋਂ ਪਹਿਲਾਂ ਆਪਣਾ ਪੂਰਾ ਨਾਮ ਤੁਸੀਂ ਸਾਰਿਆਂ ਨੂੰ ਦੱਸੋ ਮੇਰਾ ਨਾਮ ਹੈ ਹਿਰਦੇਜੀਤ ਸਿੰਘ ਮੈਂ ਨਵਾਂਸ਼ਹਿਰ ਦਾ ਰਹਿਣ ਵਾਲਾ ਹਾਂ ਅਤੇ ਤੁਸੀਂ ਇੱਥੇ ਤੁਹਾਡੀ ਕੋਈ ਰਿਸ਼ਤੇਦਾਰੀ ਹੈ ਤਾਂ ਆਏ ਹੋਏ ਹੋ ਜੀ ਇੱਥੇ ਮੇਰੇ ਨਾਨਕੇ ਨੇ ਅੱਛਾ ਮੁੰਡਾ ਨਾਨਕਿਆਂ ਦੇ ਪਿੰਡ ਆਇਆ ਹੋਇਆ ਬਹੁਤ ਵਧੀਆ ਅਤੇ ਤੁਹਾਡੇ ਵਿਚਾਰ ਜਾਣਨਾ ਚਾਹਾਂਗੇ ਇੱਕ ਤਾਂ ਸਭ ਤੋਂ ਪਹਿਲਾਂ ਮੈਂ ਬੇਟੇ ਤੁਹਾਡੀ ਪੱਗ ਦੀ ਤਾਰੀਫ ਕਰਨੀ ਚਾਹਾਂਗੀ ਕਿ ਤੁਸੀਂ ਇਹ ਪੱਗ ਸ਼ੁਰੂ ਤੋਂ ਬੰਨਦੇ ਸੀ ਜਾਂ ਹੁਣੇ ਹੁਣੇ ਬੰਨਣੀ ਸ਼ੁਰੂ ਕੀਤੀ ਹੈ ਜੀ ਮੈਂ ਪਹਿਲਾਂ ਤਾਂ ਮੈਂ ਵਾਲ ਕਟਾਏ ਹੋਏ ਸੀ ਫਿਰ ਮੈਨੂੰ ਆਪਣੀ ਸਿੱਖੀ ਦੇ ਨਾਲ ਜੁੜਨ ਦੀ ਇੱਛਾ ਹੋਈ ਕਿ ਕਿਉਂ ਨਾ ਆਪਾਂ ਆਪਣੀ ਸਿੱਖੀ ਨਾਲ ਜੁੜੀਏ ਜਿਹਨੂੰ ਕਿ ਲੋਕ ਭੁੱਲਦੇ ਜਾ ਰਹੇ ਨੇ ਇਸ ਕਰਕੇ ਮੈਂ ਦਸਤਾਰਧਾਰੀ ਹੋਇਆ ਮੈਂ ਕੇਸ ਰੱਖੇ ਅਤੇ ਇਹਦੇ ਬਾਰੇ ਤੁਹਾਨੂੰ ਕਿਸੇ ਨੇ ਇਨਕਰੇਜ ਕੀਤਾ ਜਾਂ ਇਹ ਵਿਚਾਰ ਤੁਹਾਡੇ ਆਪਣੇ ਮਨ 'ਚ ਆਏ ਇਨਕਰੇਜ ਮੈਨੂੰ ਸਭ ਤੋਂ ਪਹਿਲਾਂ ਆਪਣੀ ਗੁਰੂਆਂ ਦੀ ਹਿਸਟਰੀ ਨੇ ਕੀਤਾ ਹੈ ਜੇ ਉਹ ਸਾਡੇ ਲਈ ਇੰਨਾ ਕੁਝ ਕਰ ਸਕਦੇ ਆ ਆਪਾਂ ਉਹਨਾਂ ਦੇ ਰਾਹ 'ਤੇ ਨਹੀਂ ਚੱਲ ਸਕਦੇ ਸਿਰਫ ਅਤੇ ਜਦੋਂ ਤੁਸੀਂ ਇਹ ਵਿਚਾਰ ਬਣਾਇਆ ਤਾਂ ਤੁਹਾਡੇ ਪੇਰੈਂਟਸ ਦੇ ਕੀ ਉਹਨਾਂ ਦੇ ਦਿਲ 'ਚ ਕੀ ਆਇਆ ਉਹਨਾਂ ਨੇ ਤੁਹਾਨੂੰ ਕੀ ਕਿਹਾ ਉਹ ਇਸ ਡਿਸੀਜਨ ਤੋਂ ਬਹੁਤ ਖੁਸ਼ ਸੀਗੇ ਕਿਉਂਕਿ ਉਹ ਉਹਨਾਂ ਦੇ ਹਿਸਾਬ ਨਾਲ ਮੈਂ ਜੋ ਕਰਨਾ ਚਾਹਾਂ ਕਰ ਸਕਦਾ ਅਤੇ ਮੈਂ ਆਪਣੀ ਸਿੱਖੀ ਦੇ ਰਾਹ 'ਤੇ ਚੱਲਦਾ ਉਹ ਤਾਂ ਬਹੁਤ ਜ਼ਿਆਦਾ ਖੁਸ਼ ਸੀਗੇ ਅੱਛਾ ਤੁਸੀਂ ਇਹ ਵੀ ਦੱਸੋ ਕਿ ਤੁਹਾਡੀ ਏਜ ਕਿੰਨੀ ਹੈ ਪਹਿਲਾਂ ਮੇਰੀ 14 ਸਾਲ ਜੀ ਉਮਰ ਸਿਰਫ 14 ਸਾਲ ਦੀ ਏਜ ਦੇ ਵਿੱਚ ਤੁਸੀਂ ਇਸ ਬੱਚੇ ਦੇ ਵਿਚਾਰ ਸੁਣੋ ਇਹ ਹੈ ਸਾਡੇ ਪੰਜਾਬ ਦਾ ਭਵਿੱਖ ਅਤੇ ਇਸ ਭਵਿੱਖ ਇਹੀ ਪਨੀਰੀ ਹੈ ਜਿਸ ਨੇ ਅੱਗੇ ਜਾ ਕੇ ਪੰਜਾਬ ਨੂੰ ਸੰਵਾਰਨਾ ਹੈ ਸੋ ਬੇਟੇ ਤੁਸੀਂ ਜਿਹੜੀਆਂ ਤੁਹਾਡੀਆਂ ਗੱਲਾਂ ਨੇ ਮੇਰੇ ਦਿਲ 'ਤੇ ਬੜਾ ਅਸਰ ਕਰ ਰਹੀਆਂ ਨੇ ਮੈਂ ਜਾਣਦੀ ਹਾਂ ਕਿ ਜਿਹੜੇ ਸਰੋਤੇ ਦਰਸ਼ਕ ਦੇਖ ਰਹੇ ਨੇ ਉਹਨਾਂ ਦੇ ਵੀ ਦਿਲ 'ਤੇ ਅਸਰ ਕਰਨਗੀਆਂ ਜਿਹੜਾ 6ਵਾਂ ਦਰਿਆ ਨਸ਼ਿਆਂ ਦਾ ਪੰਜਾਬ ਦੇ ਵਿੱਚ ਵਗ ਰਿਹਾ ਹੈ ਇਹਦੇ ਬਾਰੇ ਤੁਸੀਂ ਕੀ ਜਾਣਦੇ ਹੋ ਅਤੇ ਕੀ ਕਹਿਣਾ ਚਾਹੋਗੇ 6ਵਾਂ ਦਰਿਆ ਨਸ਼ਿਆਂ ਦਾ ਇਹ ਸਾਡੇ ਇਸ ਕਹਿਣ ਨੂੰ ਤਾਂ ਭਾਵੇਂ ਪੰਜਾਬ ਇੱਕ ਸੋਨੇ ਦੀ ਚਿੜੀ ਹੈ ਪਰ ਇਸ ਸੋਨੇ ਦੀ ਚਿੜੀ ਦੇ ਖੰਭ ਕੱਟ ਦਿੱਤੇ ਨਸ਼ਿਆਂ ਨੇ ਇਹ ਨਸ਼ੇ ਸਭ ਤੋਂ ਪਹਿਲਾਂ ਸਭ ਤੋਂ ਜ਼ਿਆਦਾ ਖਰਾਬ ਕਰ ਰਹੇ ਨੇ ਸਾਡੀ ਆਉਣ ਵਾਲੀ ਜਿਹੜੀ ਯੂਥ ਹੈ ਪੀੜ੍ਹੀ ਹੈ ਜਿਹਦੇ ਸਿਰ 'ਤੇ ਸਾਡਾ ਸਾਰਾ ਫਿਊਚਰ ਟਿਕਿਆ ਹੋਇਆ ਹੈ ਉਹਨਾਂ ਨੂੰ ਵੀ ਖਰਾਬ ਕਰ ਰਹੇ ਨੇ ਜਿਨ੍ਹਾਂ ਤੋਂ ਅਸੀਂ ਸਿੱਖਣਾ ਇਹ ਉਸ ਨੂੰ ਹੀ ਖਰਾਬ ਕਰੀ ਜਾਂਦੇ ਪਏ ਨੇ ਜੋ ਕਿ ਬਹੁਤ ਗਲਤ ਗੱਲ ਹੈ ਪੰਜਾਬ ਦੇ ਵਿੱਚ ਖਾਸ ਕਰਕੇ ਨਸ਼ੇ ਬਹੁਤ ਜ਼ਿਆਦਾ ਵੱਧ ਚੁੱਕੇ ਨੇ ਇਸ ਕਰਕੇ ਸਾਨੂੰ ਇਹਦਾ ਡਰੋਬੈਕ ਹੈ ਸਾਡੇ ਲਈ ਜਿਸ ਯੂਥ ਕਿਹਾ ਜਾਂਦਾ ਕਿ ਯੂਥ ਸਾਡਾ ਫਿਊਚਰ ਹੈ ਫਿਊਚਰ ਇਹਨੇ ਸਾਡੀ ਸਾਰੀ ਫਿਊਚਰ ਸਾਰੀ ਜਨਰੇਸ਼ਨ ਨੂੰ ਸੰਭਾਲਣਾ ਹੈ ਕਸੂਰ ਕਿਹਦਾ ਹੈਗਾ ਕਿਹਦਾ ਕਸੂਰ ਹੈ ਇਹਦਾ ਜਿਹੜਾ ਨਸ਼ੇ ਚੱਲ ਰਹੇ ਨੇ ਇਹਦੇ ਵਾਸਤੇ ਜ਼ਿੰਮੇਵਾਰ ਕੌਣ ਹੈ ਜ਼ਿੰਮੇਵਾਰ ਅਸੀਂ ਸਾਰੇ ਹਾਂ ਇਹਨਾਂ ਵਾਸਤੇ ਜੇ ਕਹਿੰਦੇ ਨੇ ਸਰਕਾਰ ਨਸ਼ੇ ਵਿਕਾਉਂਦੀ ਹੈ ਸਰਕਾਰ ਨਸ਼ੇ ਵਿਕਾਉਂਦੀ ਹੈ ਇਹਨੂੰ ਲੈਣ ਵਾਲੇ ਪਰ ਅਸੀਂ ਹਾਂ ਜੇ ਆਪਾਂ ਹੀ ਇਹਨਾਂ ਤੋਂ ਇਹਨਾਂ ਨੂੰ ਪਿੱਛੇ ਕਰ ਦੂੰਗੇ ਫਿਰ ਸਰਕਾਰ ਕੌਣ ਹੁੰਦੀ ਹੈ ਸਰਕਾਰ ਨੂੰ ਵੀ ਤਾਂ ਅਸੀਂ ਚੁਣਿਆ ਜੇ ਆਪਾਂ ਆਪਣੇ ਮਨ 'ਤੇ ਕਾਬੂ ਪਾਈਏ ਜੇ ਆਪਾਂ ਹੁਣ ਆਪਣੇ ਮਨ 'ਤੇ ਕਾਬੂ ਪਾ ਕੇ ਅਸੀਂ ਨਸ਼ਿਆਂ ਨੂੰ ਦੂਰ ਕਰ ਸਕਦੇ ਹਾਂ ਪੰਜਾਬ ਤੋਂ ਆਪਣੇ ਮਨ 'ਤੇ ਕਾਬੂ ਪਾਉਣਾ ਜੇ ਮੈਂ ਤੁਹਾਨੂੰ ਦੱਸਾਂ ਤਾਂ ਸਾਡੇ ਹਿਸਟਰੀ ਤੋਂ ਬਹੁਤ ਸਾਰੀ ਐਗਜ਼ਾਮਪਲਸ ਲਈਆਂ ਜਾ ਸਕਦੀਆਂ ਨੇ
23-24 ਸਾਲ ਦੇ ਗੱਭਰੂ ਜਵਾਨ ਭਗਤ ਸਿੰਘ, ਊਧਮ ਸਿੰਘ, ਰਾਜਗੁਰੂ, ਸੁਖਦੇਵ, ਕਈ ਇੱਦਾਂ ਦੇ ਮਹਾਨ ਯੋਧੇ ਨੇ। ਉਮਰਾਂ ਤਾਂ ਥੋੜ੍ਹੀਆਂ ਜਿਹੀਆਂ ਸਨ, ਇਸੇ ਉਮਰ ਦੇ ਜੇ ਅੱਜ ਕੱਲ੍ਹ ਗੱਭਰੂ ਦੇਖੀਏ, ਉਹ ਸਾਰੇ ਨਸ਼ਿਆਂ ਵਿੱਚ ਪਏ ਹੋਏ ਨੇ, ਕਿਸੇ ਨੂੰ ਕੁਛ ਨਹੀਂ ਪਤਾ, ਇਹ ਸਾਰੇ ਨਸ਼ਿਆਂ 'ਚ ਪਏ ਹੋਏ ਨੇ। ਪਰ ਜੇ ਹਾਲਾਂ ਆਪਾਂ ਇੱਧਰ ਦੇਖੀਏ, ਇਹ 23-24 ਸਾਲ ਦੀ ਉਮਰ 'ਚ ਇਹਨਾਂ ਨੇ ਇੱਦਾਂ ਦੇ ਕੰਮ ਕਰਤੇ ਜਿਨ੍ਹਾਂ ਬਾਰੇ ਅੱਜ ਕੱਲ੍ਹ ਦੀ ਪੀੜ੍ਹੀ ਸੋਚ ਵੀ ਨਹੀਂ ਸਕਦੀ ਹੈਗੀ। ਅਤੇ ਫਿਰ ਇਹਦਾ ਹੱਲ ਕੀ ਹੈਗਾ? ਕਿਉਂਕਿ ਤੁਸੀਂ ਜੇ ਤੁਸੀਂ 14 ਸਾਲ ਦੀ ਉਮਰ ਦੇ ਵਿੱਚ ਇਹ ਗੱਲ ਕਰ ਰਹੇ ਹੋ, ਅਤੇ ਇਹਦਾ ਸੋਲਿਊਸ਼ਨ ਕੀ ਹੈ? ਇਹਦਾ ਸੋਲਿਊਸ਼ਨ ਇਹੀ ਹੈ ਕਿ ਆਪਾਂ ਆਪਣੇ ਮਨ 'ਤੇ ਕਾਬੂ ਪਾਈਏ, ਅਤੇ ਸਾਰਿਆਂ ਨਾਲ ਮਿਲ ਜੁਲ ਕੇ ਸਾਰਿਆਂ ਦੇ ਨਾਲ ਆਪਾਂ ਵਿਚਾਰਧਾਰਾ ਆਪਣੀ ਜਦੋਂ ਆਪਾਂ ਸਾਂਝੀ ਕਰਦੇ ਹਾਂ, ਉਹਨਾਂ ਤੋਂ ਅਸੀਂ ਗੱਲਾਂ ਵਧੀਆ ਸਿੱਖੀਏ, ਤਾਂ ਕਿ ਸਾਨੂੰ ਵਧੀਆ ਵਿਚਾਰ ਆਉਣ ਸਾਡੇ ਦਿਮਾਗ ਵਿੱਚ, ਅਤੇ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੂਰ ਕਰ ਸਕੀਏ। ਅਤੇ ਜਿਹੜੀ ਐਜੂਕੇਸ਼ਨ ਸਿਸਟਮ ਹੈਗਾ, ਕੀ ਉਹ ਵੀ ਕੋਈ ਰੋਲ ਪਲੇ ਕਰ ਸਕਦਾ? ਐਜੂਕੇਸ਼ਨ ਬਹੁਤ ਵੱਡਾ ਰੋਲ ਪਲੇ ਕਰ ਸਕਦਾ, ਕਿਉਂਕਿ ਅੱਜ ਪੰਜਾਬ ਦੇ ਵਿੱਚ ਇਲੀਟਰੇਸੀ ਬਹੁਤ ਜ਼ਿਆਦਾ ਹੋ ਚੁੱਕੀ ਹੈ। ਜੇ ਆਪਾਂ ਲਿਟਰੇਟ, ਹੁਣ ਮੈਂ ਪੜ੍ਹਦਾ, ਮੈਨੂੰ ਐਜੂਕੇਸ਼ਨ ਦਿੱਤੀ ਜਾਂਦੀ ਕਿ ਨਸ਼ੇ ਨਾ ਕਰੋ, ਮੈਂ ਨਹੀਂ ਕਰੂੰਗਾ, ਕਿਉਂਕਿ ਜੇ ਇੱਦਾਂ ਦੀ ਐਜੂਕੇਸ਼ਨ ਬਾਕੀਆਂ ਨੂੰ ਦਿੱਤੀ ਜਾਵੇ ਤਾਂ ਜ਼ਰੂਰ ਪੰਜਾਬ ਤੋਂ ਨਸ਼ਿਆਂ ਨੂੰ ਬਾਹਰ ਕਰਿਆ ਜਾ ਸਕਦਾ ਹੈ। ਇਸ ਲਈ ਐਜੂਕੇਸ਼ਨ ਬਹੁਤ ਜ਼ਿਆਦਾ ਵਧੀਆ ਰੋਲ ਪਲੇ ਕਰ ਸਕਦੀ ਇਸ ਗੱਲ ਵਿੱਚ। ਬਹੁਤ ਵਧੀਆ ਤੁਹਾਡੇ ਵਿਚਾਰ ਲੱਗ ਰਹੇ ਨੇ ਹਿਰਦੇ। ਅਤੇ ਕੋਈ ਤੁਸੀਂ ਸ਼ੌਂਕ ਵੀ ਰੱਖਦੇ ਹੋ ਕਿ ਸਿਰਫ ਪੜ੍ਹਾਈ ਦੇ ਵਿੱਚ ਹੀ ਤੁਹਾਡਾ ਧਿਆਨ ਹੁੰਦਾ? ਕਿਹੜੀ ਕਲਾਸ 'ਚ ਪੜ੍ਹਦੇ ਹੋ ਸਭ ਤੋਂ ਪਹਿਲਾਂ ਤਾਂ ਇਹ ਦੱਸੋ। 10ਵੀਂ ਜਮਾਤ ਵਿੱਚ ਪੜ੍ਹਦਾ। 10ਵੀਂ ਜਮਾਤ 'ਚ ਪੜ੍ਹਦੇ ਹੋ, ਕੀ ਸ਼ੌਂਕ ਹੈ ਤੁਹਾਡਾ? ਮੇਰਾ ਸ਼ੌਂਕ ਹੈ ਗਾਇਕੀ, ਚਿੱਤਰਕਾਰੀ, ਇਹ ਮੇਰੇ ਦੋਨੋਂ ਸ਼ੌਂਕ, ਇਹ ਮੈਂ ਬਚਪਨ ਤੋਂ ਰੱਖੇ ਨੇ, ਇਹ ਮੈਨੂੰ ਬਹੁਤ ਜ਼ਿਆਦਾ ਦੋਨੋਂ ਚੀਜ਼ਾਂ ਪਸੰਦ ਨੇ। ਪੜ੍ਹਾਈ ਦੇ ਨਾਲ ਨਾਲ ਮੈਂ ਇਹਨਾਂ ਦੋਨਾਂ ਚੀਜ਼ਾਂ ਨੂੰ ਸੰਭਾਲ ਕੇ ਰੱਖਦਾ, ਇਹਨਾਂ ਦੋਨਾਂ ਚੀਜ਼ਾਂ। ਵੈਰੀ ਵੈਰੀ ਗੁੱਡ, ਬੱਚੇ ਦੇ ਦੇਖੋ ਗੱਲਾਂ ਕਿੰਨੀਆਂ ਸੋਹਣੀਆਂ ਲੱਗ ਰਹੀਆਂ ਨੇ। ਅਤੇ ਮੈਂ ਜਾਣਦੀ ਹਾਂ ਕਿ ਜਿਹੜੇ ਸਾਡੇ ਦਰਸ਼ਕ ਨੇ ਉਹ ਚਾਹੁੰਦੇ ਨੇ ਕਿ ਦੋ ਲਾਈਨਾਂ ਤੁਸੀਂ, ਜਿਹੜਾ ਮੁੰਡਾ ਇੰਨੀ ਸੋਹਣੀ ਗੱਲ ਕਰਦਾ ਹੈ ਉਹਦੀਆਂ ਦੋ ਲਾਈਨਾਂ ਜ਼ਰੂਰ ਸੁਣੀਆਂ ਜਾਣ। ਜ਼ਰੂਰ। ਸੋ ਸਾਨੂੰ ਤੁਸੀਂ ਕੁਛ ਦੋ ਲਾਈਨਾਂ ਗਾ ਕੇ ਸੁਣਾਓ। ਜੀ ਜ਼ਰੂਰ। ਮਿਲ ਕੇ ਅੱਜ ਜਸ਼ਨ ਮਨਾਉਣੇ ਜੁੰਡੀ ਦਿਆ ਯਾਰਾਂ ਨੇ, ਇੱਕ ਤੇ ਇੱਕ ਦੋ ਨਹੀਂ ਰਹਿੰਦੇ ਬਣ ਜਾਂਦੇ 11 ਨੇ, ਇੱਕ ਤੇ ਇੱਕ ਦੋ ਨਹੀਂ ਰਹਿੰਦੇ ਬਣ ਜਾਂਦੇ 11 ਨੇ, ਚੱਲ ਕੇ ਖੁਦ ਆਪ ਬਣਾਉਣਾ ਪੈਂਦਾ ਹੈ ਰਾਵਾਂ ਨੂੰ, ਕਿਹੜਾ ਬਨ ਮਾਰੂ ਯਾਰੋ ਵਗਦਿਆਂ ਦਰਿਆਵਾਂ ਨੂੰ, ਕਿਹੜਾ ਬਨ ਮਾਰੂ ਯਾਰੋ ਵਗਦਿਆਂ ਦਰਿਆਵਾਂ ਨੂੰ, ਕਿਹੜਾ ਬਨ ਮਾਰੂ ਯਾਰੋ। ਧੰਨਵਾਦ। ਅਤੇ ਲਓ ਜੀ, ਇਹ ਸਨ ਵਿਚਾਰ ਹਿਰਦੇ ਜੀਤ ਦੇ, ਜੋ ਕਿ ਸਿਰਫ 14 ਸਾਲ ਦੀ ਉਮਰ ਦੇ ਵਿੱਚ ਇਹ ਗੱਲਾਂ ਕਰ ਰਿਹਾ ਹੈ। ਅਤੇ ਜੇ ਇਹੋ ਜਿਹੇ ਵਿਚਾਰ ਸਾਡੇ ਬੱਚਿਆਂ ਦੇ ਹੈਗੇ ਨੇ, ਪੰਜਾਬ ਦੇ ਬੱਚਿਆਂ ਦੇ, ਤਾਂ ਫਿਰ ਪੰਜਾਬ ਦਾ ਜਿਹੜਾ ਭਵਿੱਖ ਹੈ ਉਸਨੂੰ ਕੋਈ ਖਤਰਾ ਨਹੀਂ ਹੋ ਸਕਦਾ। ਪਰ ਜ਼ਰੂਰਤ ਇਸ ਚੀਜ਼ ਦੀ ਹੈ ਕਿ ਜਿਹੜੇ ਇਸ ਤਰ੍ਹਾਂ ਦੇ ਵਿਚਾਰ ਨੇ ਉਹਨਾਂ ਨੂੰ ਘਰ ਘਰ ਤੱਕ ਪਹੁੰਚਾਇਆ ਜਾਵੇ ਅਤੇ ਜਾਗਰੂਕ ਹੋਇਆ ਜਾਵੇ। ਮੈਂ ਚਾਹੁੰਦੀ ਹਾਂ ਕਿ ਇਸੇ ਤਰ੍ਹਾਂ ਹੀ ਇੱਕ ਹੋਰ ਨੌਜਵਾਨ ਦੇ ਨਾਲ ਵੀ ਅਸੀਂ ਗੱਲਬਾਤ ਕਰੀਏ ਅਤੇ ਉਹਨਾਂ ਦੇ ਵਿਚਾਰ ਜਾਣੀਏ। ਹਾਂ, ਅਤੇ ਮੇਰੇ ਪਿੰਡ ਦੇ ਉਹ ਨੌਜਵਾਨ ਜੋ ਕਿ ਫੌਜ ਦੇ ਵਿੱਚ ਹਨ, ਆਓ ਅਸੀਂ ਇਹਨਾਂ ਦੇ ਵੀ ਵਿਚਾਰ ਜਾਣੀਏ ਕਿ ਇਹਨਾਂ ਦੇ ਕੀ ਵਿਚਾਰ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਮੈਂ ਚਾਹੁੰਦੀ ਹਾਂ ਕਿ ਸਾਡੇ ਦਰਸ਼ਕਾਂ ਨੂੰ ਤੁਸੀਂ ਆਪਣਾ ਨਾਮ ਦੱਸੋ। ਮੇਰਾ ਨਾਮ ਸੰਦੀਪ ਸਿੰਘ, ਅਤੇ ਇਸੇ ਪਿੰਡ ਦਾ ਰਹਿਣ ਵਾਲਾ ਮੈਂ। ਅੱਛਾ, ਅਤੇ ਇਸ ਪਿੰਡ ਦੇ ਰਹਿਣ ਵਾਲੇ ਹੋ ਅਤੇ ਤੁਸੀਂ ਦੇਸ਼ ਦੀ ਰਾਖੀ ਕਰਦੇ ਹੋ? ਹਾਂਜੀ, ਅੱਜ ਤੋਂ 15-16 ਸਾਲ ਪਹਿਲਾਂ ਮੈਂ ਇਹ ਆਰਮੀ ਜੁਆਇਨ ਕੀਤੀ ਸੀ ਅਤੇ ਹੁਣ ਵੀ ਇੱਥੇ ਸੇਵਾ ਨਿਭਾ ਰਿਹਾ, ਅਤੇ ਇੱਦਾਂ 3-4 ਮਹੀਨੇ ਬਾਅਦ ਛੁੱਟੀ ਆਈ ਦਾ ਪਿੰਡ ਦਾ ਹਾਲ ਚਾਲ ਪੁੱਛਣ ਜਾਂ ਆਪਣੇ ਘਰਦਿਆਂ ਨੂੰ ਮਿਲਣ, ਅਤੇ 3-4 ਮਹੀਨੇ ਬਾਅਦ ਘਰ ਦਾ ਚੱਕਰ ਲੱਗ ਜਾਂਦਾ। ਅਤੇ ਜਦੋਂ ਤੁਸੀਂ ਪਿੰਡ ਆਉਂਦੇ ਹੋ, ਪਿੰਡ ਆ ਕੇ ਕਿਸ ਤਰ੍ਹਾਂ ਦਾ ਮਹਿਸੂਸ ਕਰਦੇ ਹੋ? ਪਿੰਡ ਆ ਕੇ ਬਹੁਤ ਵਧੀਆ ਮਹਿਸੂਸ ਹੁੰਦਾ ਆ, ਬਹੁਤ ਖੁਸ਼ੀ ਮਿਲਦੀ ਹੈ। ਪਰ ਜਦੋਂ ਜਨਰੇਸ਼ਨ ਨੂੰ ਆਪਾਂ ਦੇਖਦੇ ਹਾਂ ਕੁਛ ਨਸ਼ਿਆਂ ਵਾਲੇ ਪਾਸੇ ਜਾਂ ਵਿਹਲੇ ਘੁੰਮਦੇ ਆ ਜਾਂ ਕੁਛ ਇੱਦਾਂ ਕਰਦੇ ਆ, ਤਾਂ ਫਿਰ ਬਹੁਤ ਮਨ ਨੂੰ ਠੇਸ ਪਹੁੰਚਦੀ ਆ ਅਤੇ ਬਹੁਤ ਦਿਲ ਦੁਖੀ ਹੁੰਦਾ ਆ। ਤੁਸੀਂ ਉਹਨਾਂ ਨੂੰ ਕੋਈ ਮੈਸੇਜ ਵਗੈਰਾ ਦੇਣਾ ਚਾਹੋਗੇ ਜਾਂ ਤੁਸੀਂ ਸਮਝਾਉਂਦੇ ਹੋ ਕਿਸ ਤਰ੍ਹਾਂ ਤੁਸੀਂ, ਮਤਲਬ ਜਿਹੜੇ ਪਿੰਡ ਦੇ ਕੋਈ ਜੇ ਲੜਕੇ ਦੇਖਦੇ ਹੋ ਜਾਂ ਜਿਹੜੇ ਗਲਤ ਪਾਸੇ ਲੱਗੇ ਹੋਏ ਨੇ ਉਹਨਾਂ ਨੂੰ ਤੁਸੀਂ ਸਮਝਾਉਂਦੇ ਹੋ ਕੁਛ? ਹਾਂਜੀ ਮੈਮ, ਜਦੋਂ ਮਿਲਦੇ ਹਾਂ ਆਪਾਂ ਉਹਨਾਂ ਨੂੰ ਸਹੀ ਗਾਈਡ ਉਹਨਾਂ ਨੂੰ ਕਰੀਦਾ ਹੈ ਕਿ ਤੁਸੀਂ ਨਸ਼ੇ ਤਿਆਗ ਕੇ ਵਧੀਆ ਸਿਹਤ ਆਪਣੀ ਇਹਨਾਂ ਨੂੰ ਸਿਹਤ ਨੂੰ ਕਾਇਮ ਰੱਖੋ, ਅਤੇ ਕੁਛ ਡਿਫੈਂਸ ਦੇ ਵਿੱਚ ਆਪਣਾ ਉਹ 'ਚ ਭਰਤੀ ਹੋ ਕੇ, ਅਤੇ ਆਪਣਾ ਅਤੇ ਆਪਣੇ ਮਾਂ ਪਿਓ ਦਾ ਨਾਂ ਉੱਚਾ ਕਰੋ ਅਤੇ ਰੁਜ਼ਗਾਰ ਉਹ 'ਚ ਤਲਾਸ਼ ਕਰੋ। ਜੀ ਜੀ, ਕਿਉਂਕਿ ਜਿਹੜਾ ਰੁਜ਼ਗਾਰ ਹੈਗਾ ਜੇ ਉਹ ਹੀ ਨਾ ਹੋਵੇ, ਜੇ ਬੰਦਾ ਅਨਇੰਪਲੋਇਡ ਹੋਵੇ ਤਾਂ ਉਹਦੇ ਨਾਲ ਜਿਹੜੀਆਂ ਨੇ ਸਮੱਸਿਆਵਾਂ ਜਿਹੜੀਆਂ ਨੇ ਹੋ ਜਾਂਦੀਆਂ ਨੇ, ਕਿਉਂਕਿ ਇੱਕ ਚੀਜ਼ ਤੋਂ ਬਾਅਦ ਦੂਸਰੀ ਚੀਜ਼ ਜਿਹੜੀ ਸਮੱਸਿਆ ਪੈਦਾ ਹੋ ਜਾਂਦੀ ਹੈ, ਦੂਜੀ ਤੋਂ ਬਾਅਦ ਤੀਜੀ ਸਮੱਸਿਆ ਪੈਦਾ ਹੋ ਜਾਂਦੀ ਹੈ। ਅੱਛਾ, ਤੁਸੀਂ ਸਾਨੂੰ ਇਹ ਦੱਸੋ ਕਿ ਇਸ ਤੋਂ ਇਲਾਵਾ ਤੁਸੀਂ ਕੋਈ ਸ਼ੌਕ ਵੀ ਰੱਖਦੇ ਹੋ? ਹਾਂਜੀ ਮੈਮ, ਸ਼ੌਕ ਤਾਂ ਇੱਕ ਤਾਂ ਲਿਖਣ ਦਾ ਸ਼ੌਕ ਸ਼ੁਰੂ ਤੋਂ ਸੀਗਾ, ਅਤੇ ਬਾਕੀ ਮੈਂ ਬਾਈਕ ਦੇ ਸਟੰਟ ਵਗੈਰਾ ਵੀ ਲਾਉਂਦਾ ਹਾਂ, ਅਤੇ ਲਿਖਣ ਦੇ ਸ਼ੌਕ ਕਾਫੀ ਆ।
ਇਹ ਨਹੀਂ ਕਿ ਮੈਂ ਭਰਤੀ ਹੋ ਗਿਆ ਸੀ ਅਤੇ ਬਸ ਕੰਮ ਖਤਮ ਆ, ਮੈਂ ਆਪਣੇ ਨਾਲ ਲਿਖਣਾ ਵੀ ਜ਼ਰੂਰੀ ਉਹਨੂੰ ਨਾਲ ਨਾਲ ਸ਼ੁਰੂ ਰੱਖਿਆ ਅਤੇ ਜੋ ਅਜੇ ਤੱਕ ਬਦਸਤੂਰ ਜਾਰੀ ਹੈ। ਅਤੇ ਸਾਨੂੰ ਕੁਛ ਤੁਸੀਂ ਲਿਖਿਆ ਹੋਇਆ ਆਪਣਾ ਸੁਣਾ ਹੀ ਦਿਓ ਫਿਰ। ਹਾਂਜੀ ਮੈਮ, ਦੇਖੋ ਲਿਖਣ ਨੂੰ ਤਾਂ ਬਹੁਤ ਚੀਜ਼ਾਂ ਹੁੰਦੀਆਂ ਨੇ, ਪਰ ਮੈਂ ਇੱਕ ਮੈਨੂੰ ਆਪਣੇ ਪਿੰਡ ਨਾਲ ਬਹੁਤ ਪਿਆਰ ਆ, ਮੈਂ ਇੱਥੇ ਜੰਮਿਆ, ਇੱਥੇ ਹੀ ਇਹ ਗਲੀਆਂ 'ਚ ਖੇਡ ਕੇ ਵੱਡਾ ਹੋਇਆ, ਅਤੇ ਪਿੰਡ ਤੋਂ ਜਦੋਂ ਦੂਰ ਜਾਂਦਾ ਉਹਦਾ ਜੋ ਮੈਨੂੰ ਦਰਦ ਆ ਉਹ ਮੈਂ ਹਮੇਸ਼ਾ ਸਾਰੀ ਜ਼ਿੰਦਗੀ ਉਹਦਾ ਮੈਂ ਕਦੀ ਦੇਣ ਨਹੀਂ ਦੇ ਸਕਦਾ, ਅਤੇ ਉਹਦੇ ਵਾਸਤੇ ਮੈਂ ਦੋ ਲਾਈਨਾਂ ਲਿਖੀਆਂ ਨੇ। ਲੱਖ ਸ਼ੁਕਰ ਕਰਾਂ ਤੇਰਾ ਦਾਤਿਆ, ਜੋ ਕਹਿਣੇ ਮੇਰੇ ਮੰਨੇ ਆ, ਇੱਕ ਖਾਹਿਸ਼ ਪੂਰੀ ਹੋਰ ਕਰੀ, ਹੱਥ ਤੇਰੇ ਅੱਗੇ ਬੰਨੇ ਆ, ਜਿੱਥੇ ਧਾਗਾ ਟੁੱਟੇ ਜ਼ਿੰਦਗੀ ਦਾ, ਗੰਢ ਉੱਥੋਂ ਫਿਰ ਸ਼ੁਰੂ ਹੋਵੇ, ਜਿੱਥੇ ਆਖਰੀ ਮੇਰਾ ਸਾਹ ਨਿਕਲੇ ਉਹ ਥਾਂ ਮੇਰੇ ਪਿੰਡ ਦੀ ਜੂਹ ਹੋਵੇ। ਵਾਹ ਜੀ ਵਾਹ, ਵਾਹ ਜੀ ਵਾਹ, ਕਿਆ ਬਾਤ ਹੈ ਕਿ ਦੇਖੋ ਜੀ, ਇਨਸਾਨ ਭਾਵੇਂ 10 ਮੀਲ ਦੂਰ ਚਲੇ ਜਾਵੇ ਆਪਣੇ ਪਿੰਡ ਤੋਂ, ਜਾਂ 1000 ਮੀਲ ਚਲੇ ਜਾਵੇ, 7 ਸਮੁੰਦਰ ਪਾਰ ਚਲੇ ਜਾਵੇ, ਜਿਹੜਾ ਪਿੰਡ ਦਾ ਮੋਹ ਹੈ ਉਹ ਉਸ ਨੂੰ ਵਾਪਸ ਪਿੰਡ ਲੈ ਕੇ ਆਉਂਦਾ ਹੈ। ਔਰ ਮੈਨੂੰ ਮੇਰੇ ਪਿੰਡ ਦਾ ਮੋਹ ਵੀ ਵਾਰ ਵਾਰ ਖਿੱਚ ਕੇ ਇੱਥੇ ਹੀ ਲੈ ਕੇ ਆਉਂਦਾ ਹੈ। ਮੈਨੂੰ ਪੂਰੀ ਉਮੀਦ ਹੈ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣੇ ਪਿੰਡ ਵੀ ਜ਼ਰੂਰ ਪਹੁੰਚ ਗਏ ਹੋਵੋਗੇ। ਇਸ ਪਿੰਡ ਨੂੰ ਵੇਖ ਕੇ ਤੁਹਾਨੂੰ ਆਪਣੇ ਪਿੰਡ ਦੀ ਯਾਦ ਵੀ ਜ਼ਰੂਰ ਆਈ ਹੋਵੇਗੀ। ਅਕਾਲ ਚੈਨਲ ਦੀ ਹਮੇਸ਼ਾ ਇਹ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਤੁਹਾਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਣੇ ਧਰਮ ਦੇ ਨਾਲ, ਜਾਂ ਆਪਣੇ ਸੱਭਿਆਚਾਰ ਦੇ ਨਾਲ, ਆਪਣੇ ਪਿੰਡ ਦੇ ਨਾਲ, ਆਪਣੇ ਘਰਾਂ ਦੇ ਨਾਲ ਜੋੜੀ ਰੱਖੀਏ। ਮੈਨੂੰ ਪੂਰੀ ਉਮੀਦ ਹੈ ਕਿ ਮੇਰੀ ਇਹ ਕੋਸ਼ਿਸ਼ ਜ਼ਰੂਰ ਕਾਮਯਾਬ ਹੋਈ ਹੋਵੇਗੀ। ਫਿਰ ਇੱਕ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਤਦ ਤੱਕ ਲਈ ਤੁਸੀਂ ਆਪਣਾ ਰੱਖੋ ਬਹੁਤ ਸਾਰਾ ਖਿਆਲ। ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।